ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਜਨਤਾ ਦੀ ਆਵਾਜ਼ ਇਸ ਸਪੈਸ਼ਲ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ। ਨਵੇਂ ਸਾਲ ਦੀ ਆਮਦ ਤੇ ਸਾਇਬੇ ਕਮਾਲ ਗੁਰੂ ਕਲਗੀ ਤਰਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਵਸ ਦੀ ਸਾਰੇ ਜਗਤ ਨੂੰ ਔਰ ਖਾਸ ਕਰਕੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦਾ ਇਹ ਪਾਵਨ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਇਆ ਅੱਜ ਅਸੀਂ ਇਸ ਗੁਰੂ ਕਲਗੀ ਤਰਪੀਤਾ ਦੀਆਂ ਉਹਨਾਂ ਦੀਆਂ ਬਖਸ਼ਿਸ਼ਾਂ ਦੀ ਰਹਿਮਤ ਲਈ ਉਹਨਾਂ ਦੀ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਲਈ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਗੁਰੂ ਕਲਗੀ ਤਰਪੀਤਾ ਦੀਆਂ ਕੁਝ ਬਾਤਾਂ ਨਾਲ ਕਰਾਂਗੇ ਆਵੋ ਪੜਨੇ ਕੱਲ ਮਿਲੋ ਅੰਕ ਸਹਿੇ ਲੜੀਆਂ ਮਿਲ ਕੇ ਕਰੋ ਕਹਾਣੀਆਂ ਸਮਰੱਥ ਕੰਤ ਕੀਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਉਹ ਅਗੰਮੀ ਜੋਤ ਜੋਤ ਉਹ ਹਜੁਗਤ ਸਾਈ ਸਹਿਕਾਇਆ ਫੇਰ ਪਲਟੀਏ ਉਹੀ ਜੋਤ ਸੀ ਉਹੀ ਜੁਗਤੀ ਸੀ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਕਲਗੀ ਵਾਲੇ ਸਰੂਪ ਚੋ ਉਸ ਸ਼ਮਸ਼ੀਰ ਤਾਰੀ ਸਰੂਪ ਚੋ ਉਸ ਖੜਗ ਤਾਰੀ ਰੂਪ ਚੋ ਉਸ ਬਾਜਾਂ ਵਾਲੇ ਰੂਪ ਚੋ ਉਸ ਨੀਲੇ ਦੇ ਸਵਾਰ ਰੂਪ ਚੋ ਉਸ ਬਚਿਤ੍ਰਤਾ ਪਰੇ ਰੂਪ ਚੋ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੇ ਦਰਸ਼ਨ ਕਰਨੇ ਇਹ ਬਚਿਤਰ ਖੇੜ ਹੈ ਇਹ ਅਗੰਮੀ ਖੇੜ ਹੈ ਹਜ਼ੂਰ ਨੇ ਖੁਦ ਕਿਹਾ ਹੈ ਕਿ ਮੈਂ ਹੀ ਨਾਨਕਾ ਮੈਂ ਹੀ ਗੋਬਿੰਦ ਹਾਂ ਉਹੋ ਹੀ ਜੋਤ ਹੈ ਉਹੋ ਹੀ ਜੁਗਤੀ ਹੈ ਕਲਗੀਧਰ ਪਿਤਾ ਦੇ ਪੌਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਇਹੀ ਗੱਲ ਕਰਦੇ ਹਨ ਹਵੋ ਗੁਰੂ ਗੋਬਿੰਦ ਸਿੰਘ ਹਮੂ ਨਾਨਕਸਤ ਹਮੂ ਰਤਨ ਜੋਹਰ ਹਮੂ ਮਾਨਕਸਤ ਗੁਰੂ ਗੋਬਿੰਦ ਸਿੰਘ ਸਾਹਿਬ ਮੌਜੂਦ ਸਣ ਗੁਰੂ ਨਾਨਕ ਸਾਹਿਬ ਮੌਜੂਦ ਸਣ ਗੁਰੂ ਸਾਹਿਬ ਦਾ ਸਾਜਿਆ ਨਿਵਾਜਿਆ ਖਾਲਸਾ ਮੌਜੂਦ ਸੀ ਸਿਰਫ ਪ੍ਰਗਟ ਹੋਇਆ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜੈ ਤੈ ਭੈ ਸਹਾਈ ਗੁਰੂ ਨਾਨਕ ਦੇਵ ਜੀ ਮੌਜੂਦ ਸਣ ਉਹ ਜੋਤ ਮੌਜੂਦ ਸੀ ਉਹ ਜਨਮ ਮਰਨ ਤੋਂ ਰਹਿਤ ਜੋਤ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਉਹ ਮੌਜੂਦ ਜੋਤ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਇਹ ਗੁਰੂ ਕਲਗੀ ਤਰਪੀਤਾ ਦੇ ਬਚਨ ਹਨ। ਔਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਵੀ ਗੱਲ ਕੀਤੀ ਭਾਈ ਗੁਰਦਾਸ ਦੂਸਰੇ ਦੋਇਮ ਨੇ ਤਾਂ ਉਹਨਾਂ ਨੇ ਵੀ ਇਹੀ ਕਿਹਾ ਉਹ ਗੁਰਗੁਬਿੰਦ ਹੋਏ ਪ੍ਰਗਟਿਆ ਦਸਵਾਇ ਅਵਤਾਰਾ ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ ਤਿਸ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ ਉਹ ਵੀ ਪ੍ਰਗਟ ਹੋਏ। ਤੇ ਜਦੋਂ ਹਜ਼ੂਰ ਖੁਦ ਖਾਲਸੇ ਦੀ ਗੱਲ ਕਰਦੇ ਹਨ ਤਾਂ ਇਹੀ ਕਹਿੰਦੇ ਹਨ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਇੱਕ ਖਾਲਸਾ ਕਾਲਪੁਰਖ ਦੀ ਫੌਜ ਹੈ ਜਿਹੜੀ ਪਰਮਾਤਮਾ ਦੇ ਹੁਕਮ ਨਾਲ ਉਸ ਦੀ ਮੌਜ ਨਾਲ ਇਹ ਪ੍ਰਗਟ ਹੋਈ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਦੇ ਉੱਤੇ ਹੋਇਆ ਉਹ ਧਰਤੀ ਕਿੰਨੀ ਵੜਪਾਗੀ ਹੈ ਉਹ ਕਿਤਨੀ ਭਾਗਾਾਂ ਪਰ ਧਰਤੀ ਹੈ ਜਿਸ ਪਾਵਨ ਧਰਤੀ ਦੇ ਉੱਤੇ ਨਾ ਕੇਵਲ ਗੁਰੂ ਕਲਗੀ ਸਰਪੇਤਾ ਦਾ ਪ੍ਰਕਾਸ਼ ਹੀ ਹੋਇਆ ਜਿਸ ਦੇ ਬਾਰੇ ਹਜ਼ੂਰ ਨੇ ਕਿਹਾ ਤਹੀਂ ਪ੍ਰਕਾਸ਼ ਸ਼ਮਾਰਾ ਭਿਓ ਪਟਨਾ ਸ਼ਹਿਰ ਵਿਖੇ ਪਵਲੇਓ ਉਸ ਪਾਵਨ ਧਰਤੀ ਦੀ ਉਹ ਪਾਵਨਤਾ ਉਹ ਪਵਿੱਤਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਤਾਰਨ ਨਾਲ ਉਹ ਕਈ ਗੁਣਾ ਵੱਧ ਗਈ ਪਰ ਇਹ ਉਹ ਪਾਵਨ ਧਰਤੀ ਸੀ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਵੀ ਚਰਨ ਪਏ ਗੁਰੂ ਨਾਨਕ ਸਾਹਿਬ ਆਪਣੀ ਪੂਰਬ ਦੀ ਫੇਰੀ ਸਮੇਂ ਇਸ ਪਾਵਨ ਧਰਤੀ ਦੇ ਉੱਤੇ ਆਏ ਔਰ ਇਹ ਉਹ ਮਹਾਨ ਧਰਤੀ ਸੀ ਨਾ ਕੇਵਲ ਇੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਸੇ ਧਰਤੀ ਨੂੰ ਫਿਰ پاਗ ਲਾਇਆ ਔਰ ਜਿਸ ਤਰੀਕੇ ਦੇ ਨਾਲ ਹੁਕਮ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂਰ ਮੁਖ ਲਾਵਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਉਹ ਪਾਵਨ ਧਰਤੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਕਦਮਾਂ ਦੇ ਨਾਲ ਪਵਿੱਤਰ ਹੋਈ ਧਰਤੀ ਜਿਸ ਧਰਤੀ ਨੂੰ ਭਾਗ ਲਾਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਹੋਣ ਨਾਲ ਔਰ ਇਸ ਪਾਵਨ ਧਰਤੀ ਦੇ ਨਾਲ ਉਸ ਧਰਤੀ ਦੀਆਂ ਗਲੀਆਂ ਵਿੱਚ ਉਸ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਗੁਰੂ ਕਲਗੀ ਤਰਪੇਤਾ ਦੀਆਂ ਉਹ ਯਾਦਾਂ ਜੁੜੀਆਂ ਹਨ ਉਹ ਧਰਤੀ ਕਲਗੀ ਤਰ ਮਈ ਹੋ ਗਈ ਇਹ ਸ਼ਹਿਰ ਨਵਾਂ ਨਹੀਂ ਸੀ ਸਦੀਆਂ ਪੁਰਾਣਾ ਇਹ ਸ਼ਹਿਰ ਸੀ ਹਿੰਦੁਸਤਾਨ ਦੀ ਭਾਰਤਵਰਸ਼ ਦੀ ਇੱਕ ਬਹੁਤ ਵੱਡੀ ਔਰ ਪਵਿੱਤਰ ਨਦੀ ਗੰਗਾ ਦੇ ਕਿਨਾਰੇ ਵਸਿਆ ਹੋਇਆ ਇਹ ਸ਼ਹਿਰ ਜਿਸ ਧਰਤੀ ਨੂੰ ਜਿਸ ਇਲਾਕੇ ਨੂੰ ਮਹਾਤਮਾ ਬੁੱਧ ਮਹਾ ਮਹਾਵੀਰ اور ਦੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜੁੜੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਇਸ ਧਰਤੀ ਨੂੰ ਕਈ ਨਾਵਾਂ ਨਾਲ ਯਾਦ ਕੀਤਾ ਗਿਆ ਇਹ ਸ਼ਹਿਰ ਪਟਲੀਪੁੱトラ ਪਸ਼ੂਪੁਰ Kusumpur ਅਜ਼ੀਮਾਬਾਦ ਇਨਾ ਨਾਵਾ ਨਾਲ ਇਸ ਨੂੰ ਜਾਣਿਆ ਜਾਂਦਾ ਸੀ ਪਰ ਹੁਣ ਗੁਰੂ ਗਲਗੀਰ ਪਿਤਾ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਨਾਲ ਇਹ ਪਟਨਾ ਸਾਹਿਬ ਹੋ ਗਿਆ ਪਟਨਾ ਸ਼ਹਿਰ ਤੋਂ ਇਹ ਪਟਨਾ ਸਾਹਿਬ ਹੋ ਗਿਆ ਔਰ ਸਦੀਵ ਸਦੀਵ ਕਾਲ ਤੱਕ ਅਮਰ ਹੋ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਹੋਣ ਤੇ ਇਸ ਸਥਾਨ ਤੇ ਜਿਸ ਜਗ੍ਹਾ ਦੇ ਉੱਤੇ ਪ੍ਰਕਾਸ਼ ਹੋਇਆ ਉਹ ਸਿਕਪੰਥ ਦੇ ਪੰਜ ਮਹਾਨ ਤਖਤਾਂ ਦੇ ਵਿੱਚੋਂ ਇੱਕ ਪਾਵਨ ਤਖਤ ਦੇ ਰੂਪ ਵਿੱਚ ਸਥਾਪਿਤ ਹੋਇਆ ਤਖਤ ਸ੍ਰੀ ਪਟਨਾ ਸਾਹਿਬ ਇਹ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਮਹਾਨ ਤਖਤ ਵੀ ਹੈ ਇਸ ertid ਦੇ ਨਾਲ ਗੁਰੂ ਸਾਹਿਬ ਦੇ ਜੀਵਨ ਕਾਲ ਬਾਲ ਕਾਲ ਦੇ ਨਾਲ ਕਿਉਂਕਿ ਹਜ਼ੂਰ ਸਤਗੁਰ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਸਥਾਨ ਕਰਨ ਤੋਂ ਪਹਿਲਾਂ 7 ਸਾਲ ਤਕਰੀਬਨ ਇਸ ਧਰਤੀ ਨੂੰ پاਗ ਲਾਇਆ ਇੱਥੇ ਉਹਨਾਂ ਨੇ ਜੋ ਚੋਜ ਕੀਤੀ ਜੋ ਕੌਤਕ ਕੀਤੇ ਜਿਹੜੀਆਂ ਗੁਰੂ ਸਾਹਿਬ ਦੀਆਂ ਉਹ ਪਾਵਨ ਵਸਤਾ ਹਨ ਜਿਹੜੀਆਂ ਉਹ ਨਿਸ਼ਾਨੀਆਂ ਹਨ ਅਜੇ ਵੀ ਉਹ ਇਸ ਧਰਤੀ ਨੇ ਆਪਣੀ ਹਿੱਕ ਨਾਲ ਸਾਹਮ ਕੇ ਰੱਖੀਆਂ ਹਨ ਗੁਰੂ ਸਾਹਿਬ ਦਾ ਪ੍ਰਕਾਸ਼ ਜਦੋਂ ਇਸ ਧਰਤੀ ਦੇ ਉੱਤੇ ਹੋਇਆ ਹਜ਼ੂਰ ਗੁਰਤੇਗ ਬਹਾਦਰ ਜੀ ਉਸ ਵੇਲੇ ਅਸਾਮ ਦੇ ਦੌਰੇ ਦੇ ਉੱਤੇ ਸਨ ਅਸਾਮ ਦੀ ਯਾਤਰਾ ਤੇ ਉੱਥੇ ਦੇ ਰਾਜੇ ਉਹਨਾਂ ਦੇ ਸੱਦੇ ਤੇ ਉੱਥੇ ਗਏ ਸਨ ਕਿਉਂਕਿ ਉਹਨਾਂ ਦਾ ਕੋ ਝਗੜਾ ਸੀ ਪਰ ਮਕਸਦ ਗੁਰੂ ਸਾਹਿਬ ਦਾ ਉਹਨਾਂ ਪੈੜਾ ਦੇ ਉਹਨਾਂ ਰਾਹਾਂ ਦੇ ਉੱਤੇ ਮੁੜ ਸੰਗਤਾਂ ਸਥਾਪਿਤ ਕਰਨਾ ਸੀ ਉਹਨਾਂ ਨੂੰ ਦੁਹਰਾਣਾ ਸੀ ਜਿਨ੍ਹਾਂ ਰਾਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਗਏ ਸਨ ਗੁਰਤੇਗ ਬਹਾਦਰ ਸਾਹਿਬ ਟਾਕੇ ਵਲ ਸਨ ਤਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੋਬਿੰਦ ਰਾਏ ਜੀ ਦੇ ਪ੍ਰਕਾਸ਼ ਦੀ ਜਨਮ ਦੀ ਖਬਰ ਮਿਲੀ ਪਰ ਉਸ ਤੋਂ ਪਹਿਲਾਂ ਹਜ਼ੂਰ ਨੇ ਇੱਕ ਹੁਕਮਨਾਮਾ ਭੇਜਿਆ ਸੀ ਪਟਨੇ ਦੀ ਸੰਗਤ ਨੂੰ ਔਰ ਉਸ ਤੋਂ ਜਾਪਦਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਗੁਰਤੇਗ ਬਹਾਦਰ ਸਾਹਿਬ ਕਿੰਨਾ ਖਿਆਲ ਰੱਖਦੇ ਸਨ ਔਰ ਕਿੰਨੇ ਪਰਵਾਰਕ ਫਰਜ਼ਾਂ ਪ੍ਰਤੀ ਵੀ ਕਿੰਨੇ ਚੇਤਨ ਸਨ ਕਿ ਉਹਨਾਂ ਨੇ ਪਟਨੇ ਦੀ ਸੰਗਤ ਨੂੰ ਇਕ ਉਚੇਚੇ ਹੁਕਮਨਾਮਾ ਜਾਰੀ ਕੀਤਾ ਇੱਕ ਹੁਕਮ ਉਚੇਚਾ ਹੁਕਮਨਾਮਾ ਵੀ ਭੇਜਿਆ ਕਿ ਹਵੇਲੀ ਹਮਨੇ ਕਬੀਲਾ ਪਟਨੇ ਵਿੱਚ ਛੱਡਾ ਹੈ ਛੋੜਾ ਹੈ ਇੱਕ ਹਵੇਲੀ ਵੱਡੀ ਲੈਣਾ ਖੁੱਲੀ ਹਵਾਦਾਰ ਹੋਏ ਗੁਰਤੇਗ ਬਹਾਦਰ ਸਾਹਿਬ ਦੇ ਉਸ ਉਹ ਹੁਕਮਨਾਮਾ ਅੱਜ ਵੀ ਪਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮਨਾਮੇ ਉਸ ਸਥਾਨ ਤੇ ਸਾਂਭੇ ਪਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਨਿੱਕੇ ਨਿੱਕੇ ਸ਼ਸਤਰ ਉਹ ਉਹਨਾਂ ਦੇ ਤੀਰ ਕਮਾਨ ਉਹ ਉਹਨਾਂ ਦੀਆਂ ਗੁਲੇਲੇ ਗੁਰੂ ਸਾਹਿਬ ਦੇ ਉਹ ਚੱਕਰ ਗੁਰੂ ਸਾਹਿਬ ਦਾ ਕੰਗਾ ਉਹਨਾਂ ਦੀ ਸਿਰੀ ਸਾਹਿਬ ਉਹਨਾਂ ਦੀ ਬਾਗ ਨਖੀ ਉਹ ਸਾਰੇ ਸ਼ਸਤਰ ਉਹਨਾਂ ਥਾਵਾਂ ਤੇ ਉਸ ਜਗ੍ਹਾ ਦੇ ਉੱਤੇ ਸਾਂਭੇ ਪਏ ਹਨ ਨਾ ਕੇਵਲੇ ਬਲਕਿ ਹਜ਼ੂਰ ਦਾ ਇੱਕ ਚੋਲਾ ਵੀ ਔਰ ਕਬੀਰ ਸਾਹਿਬ ਦੀ ਖੱਡੀ ਉਸ ਸਥਾਨ ਦੇ ਉੱਤੇ ਸੋ ਸ਼ੌਭਤ ਗੁਰਤੇਗ ਬਹਾਦਰ ਸਾਹਿਬ ਦੇ ਆਸਾਮ ਜਾਣ ਤੋਂ ਬਾਅਦ ਜਦੋਂ ਗੁਰੂ ਜੀ ਦਾ ਪ੍ਰਕਾਸ਼ ਹੋਇਆ ਤਾਂ ਉਸ ਵੇਲੇ ਉਸ ਸਥਾਨ ਦੇ ਨਾਲ ਜਿਸ ਤਰ੍ਹਾਂ ਪੀਰ ਪੀਖਣ ਸ਼ਾ ਨੇ ਪੂਰਵਵਲ ਸਜਦਾ ਕੀਤਾ ਆਮ ਤੌਰ ਦੇ ਉੱਤੇ ਜਦੋਂ ਇਤਨੀ ਮਹਾਨ ਘਟਨਾ ਵਾਪਰੀ ਇੱਕ ਪ੍ਰਕਾਸ਼ਮਈ ਆਉਣ ਵਾਲੇ ਇਤਿਹਾਸ ਨੂੰ ਇਕ ਚਮਕ ਮਿਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਹੁੰਦੇ ਅੰਸਾਰ ਪੀਰ ਪੀਖਣ ਸ਼ਾ ਜਿਹੜੇ ਕਿ ਪੱਛਮ ਵੱਲ ਸਜਦਾ ਕਰਦੇ ਹਨ ਪਰ ਉਹਨਾਂ ਨੇ ਉਸ ਦਿਨ ਕਮਾਲ ਕੀਤੀ ਉਹਨਾਂ ਨੇ ਸਜਦਾ ਪੂਰਬ ਵੱਲ ਕੀਤਾ ਜਦੋਂ ਉਹਨਾਂ ਨੇ ਸਿਰ ਸਜਦੇ ਵਿੱਚ ਪੂਰਬ ਵੱਲ ਚੁਕਾਇਆ ਤਾਂ ਮੁਰੀਦਾ ਨੇ ਪੁੱਛਿਆ ਪੀਰ ਜੀ ਇਹ ਕੀ ਅਚੰਭਾ ਹੋ ਗਿਆ ਕੀ ਦਿਸ਼ਾ ਭੁੱਲ ਗਏ ਤੁਸੀਂ ਤਾਂ ਪੱਛਮ ਵੱਲ ਸਜਦਾ ਕਰਦੇ ਹੋ ਪਰ ਅੱਜ ਪੂਰਬ ਵੱਲ ਸਿਜਦਾ ਕਿਉਂ ਕੀਤਾ ਪੀਰ ਜੀ ਕਹਿਣ ਲੱਗੇ ਇਸ ਦਿਸ਼ਾ ਵਿੱਚ ਇਸ ਧਰਤੀ ਦੇ ਉੱਤੇ ਅੱਜ ਖੁਦਾ ਦਾ ਨੂਰ ਖੁਦ ਉਤਰਿਆ ਹੈ ਖੁਦਾ ਦੇ ਨੂਰ ਦਾ ਪ੍ਰਕਾਸ਼ ਮੈਨੂੰ ਇਸ ਪਾਸੇੋਂ ਨਜ਼ਰ ਆ ਰਿਹਾ ਹੈ ਔਰ ਉੱਥੋਂ ਆਪਣੇ ਮুরিਦਾਂ ਨੂੰ ਲੈ ਕੇ ਪੀਰ ਪੀਖਣ ਸ਼ਾ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਦੇ ਉੱਤੇ ਪਹੁੰਚੇ ਔਰ ਗੁਰੂ ਸਾਹਿਬ ਦਾ ਉਹ ਪ੍ਰਕਾਸ਼ ਉਹਦੇ ਕਾਰਨ ਔਰ ਪਹਿਲੀ ਵਾਰ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਾਇਦ ਦੁਨੀਆ ਦੇ ਅਧਿਆਤਮਕ ਇਤਿਹਾਸ ਵਿੱਚ ਹੋਰ ਵੀ ਪੀਰ ਪੈਗੰਬਰ ਹੋਏ ਹਨ ਹੋਰ ਵੀ ਅਵਤਾਰ ਹੋਏ ਹਨ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਵਿਚਿਤ੍ਰਤਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਗਾਥਾ ਉਹਨਾਂ ਨੇ ਆਪਣੇ ਜੀਵਨ ਗਾਥਾ ਉਹਨਾਂ ਨੇ ਆਪਣੀ ਆਤਮ ਕਥਾ ਖੁਦ ਆਪਣੀ ਕਲਮ ਦੇ ਨਾਲ ਉਹਨਾਂ ਨੇ ਬਿਆਨ ਕੀਤੀ ਹੈ ਅਸੀਂ ਇਸ ਸਾਰੇ ਪ੍ਰੋਗਰਾਮ ਨੂੰ ਗੁਰੂ ਸਾਹਿਬ ਦੀਆਂ ਉਹਨਾਂ ਯਾਦਾਂ ਦੀਆਂ ਕੁਝ ਤਸਵੀਰਾਂ ਨੂੰ ਉਹ ਅਸੀਂ ਆਪਣੇ ਪਾਠਕਾਂ ਨਾਲ ਆਪਣੇ ਦਰਸ਼ਕਾਂ ਨਾਲ ਰੂਬਰੂ ਕਰਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਇੱਕ ਬ੍ਰੇਕ ਦੇ ਬਾਅਦ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਗੁਰੂ ਕਲਗੀ ਤਰਪੀਤਾ ਦੇ ਪ੍ਰਕਾਸ਼ ਦਿਵਸ ਦੇ ਉੱਤੇ ਅਸੀਂ ਇਹ ਵਿਸ਼ੇਸ਼ ਪ੍ਰੋਗਰਾਮ ਆਪ ਦੀ ਸੇਵਾ ਵਿੱਚ ਆਜ਼ਰ ਕਰ ਰਹੇ ਹਾਂ ਸੁਪਨ ਚਰিত্র ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹਨ ਗੁਰੂ ਕਲਗੀ ਤਰਪਿਤਾ ਦਾ ਇਹ ਪ੍ਰਕਾਸ਼ ਜਿਵੇਂ ਜ਼ਿਕਰ ਕੀਤਾ ਜਾ ਰਿਹਾ ਸੀ ਉਹਨਾਂ ਨੇ ਖੁਦ ਆਪਣੀ ਕਲਮ ਦੇ ਨਾਲ ਆਪਣੀ ਜੀਵਨ ਗਾਥਾ ਲਿਖੀ ਆਪਣੇ ਆਣ ਦਾ ਮਕਸਦ ਲਿਖਿਆ ਔਰ ਆਪਣੇ ਕੀਤੇ ਹੋਏ ਕੰਮਾਂ ਬਾਰੇ ਵੀ ਉਹਨਾਂ ਨੇ ਲਿਖਿਆ حضور نے خود لکھا ہے کہ سپت سرنگ صوبت ہے تہاں تے ہم ادک تپسیا دی ہیم کنٹ پربت ہے جہاں سپت سرنگ صوبت ہے تہاں تے ہم ادک تپسیا دی مہا کال کال کا آرا مہا کال کال کا کال کا مہا کال دی اراد نہ کی آرا کی اس دا آرا بنیا یہ کرت تپسیا بھیو اتھے دو ہستیاں سن ਇਕ ਅਕਾਲ ਪੁਰਖ ਸੀ ਇੱਕ ਗੁਰੂ ਕਲਗੀ ਤਰਪੇਤਾ ਖੁਦ ਸਣ ਹਜ਼ੂਰ ਕਹਿਣ ਲੱਗੇ ਉਹ ਤਪੱਸਿਆ ਪੂਰਨ ਹੋਈ ਇਹ ਵਿਦਕਰਤ ਤਪੱਸਿਆ ਭਇਓ ਦ્વੈ ਤੇ ਇੱਕ ਰੂਪ ਹੋਏ ਗਿਓ ਇਹ ਦੋ ਸਣ ਹੁਣ ਇੱਕ ਹੋ ਗਿਆ ਇਹ ਜਿਹੜੀ ਤਪੱਸਿਆ ਕੀਤੀ ਅਦਕ ਤਪੱਸਿਆ ਕੀਤੀ ਜਿਸ ਤਰ੍ਹਾਂ ਪਾਈ ਗੁਰਦਾਸ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਕਿਹਾ ਕਿ ਪਾਰੀ ਕਰੀ ਤਪੱਸਿਆ ਵਡੇ ਬਾਗ ਹਰਿ ਸਿਉ ਬਣਿ ਆਈ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਪਾਰੀ ਕਰੀ ਤਪੱਸਿਆ ਵਡੇ ਬਾਗ ਹਰਿ ਸਿਉ ਬਣਿ ਆਈ ਗੁਰੂਕਲ ਕੀ ਤਰਪਦਾ ਨੇ ਕਿਹਾ ਤੈ ਹਮ ਅਦਕ ਤਪੱਸਿਆ ਸਾਦੀ ਜਦੋਂ ਫਿਰ ਅਕਾਲ ਪੁਰਖ ਦੇ ਨਾਲ ਉਹ ਰੂਬਰੂ ਹੋਏ ਤਾਂ ਹਜ਼ੂਰ ਨੇ ਕਿਹਾ ਖੁਦ ਆਪਣੀ ਕਲਮ ਦੇ ਨਾਲ ਉਹਨਾਂ ਨੇ ਉਸ ਸਾਰੀ ਵਾਰਤਾ ਨੂੰ ਲਿਖਿਆ ਇਹ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ ਹਜ਼ੂਰ ਕਹਿੰਦੇ ਹਨ ਅਕਾਲ ਪੁਰਖ ਨੇ ਦੱਸਿਆ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਂਤ ਰਚੇ ਦੁਸ਼ਟ ਦੁਖਦਾਈ ਤੇ ਭੁਜ ਬਲ ਬਵਰੇ ਹੋਏ ਗਏ ਪੂਜਿਤ ਪਰਮਪੁਰਖ ਰਹਿ ਗਏ ਅਕਾਲ ਪੁਰਖ ਨੇ ਦੱਸਿਆ ਸਭ ਤੋਂ ਪਹਿਲਾ ਦੈਂਤ ਬੜਾਏ ਪਰ ਉਹ ਦੁਸ਼ਟ ਦੁਖਦਾਈ ਹੋ ਗਏ ਤੇ ਹਮ ਤਮਕ ਤਨਕ ਉਹ ਖਾਪੇ ਤਨ ਕੀ ਠੌਰ ਦੇਵਤਾ ਥਾਪੇ ਉਸ ਦੇ ਬਾਅਦ ਉਹਨਾਂ ਦੈਂਤਾਂ ਨੂੰ ਖਤਮ ਕਰਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਦੇਵਤੇ ਥਾਪੇ ਪਰ تے بھی بل پوجا اور جھائے تے بھی بل پوجا اور جھائے آپن ہی پرمیسر کہائے مہا دیو اچت کہایو برہما پار برہم بکھانا بسن آپ ہی کو ٹھہرانا اور جس نے بھی آیا جے جے ہوت بے ہو جگ سیا تین تین اپنوں راہ چلانا پھر اکال پرک نے حکم کیتا اور ਹਜ਼ੂਰ ਨੇ ਕਿਹਾ ठाੜ ਭੈਓ ਮੈਂ ਜੋਰ ਕਰ ਬਚਨ ਕਹਾ ਸਿਰਨਿਆਏ ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਈ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਫਿਰ ਉਹਦੇ ਆਦੇਸ਼ ਦੇ ਨਾਲ ਤਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਬਵਲੇ ਹਜ਼ੂਰ ਨੇ ਕਿਹਾ ਹੁਣ ਮੈਂ ਕੀ ਕਰਾਂਗਾ ਕਹੋ ਪ੍ਰਭੂ ਸਪਾਕ ਹੋ ਕਿਸੂ ਨਾ ਕਾਨ ਰਖ ਹੋ ਅਭੇਖ ਬੀਜ ਬੀਜ ਹੋ ਅਲੇਖ ਬੀਜ ਬੀਜ ਹੋ ਅਨੰਤ ਨਾਮ ਗਾਏ ਹੋ ਪਰਮ ਪੁਰਖ ਪਾਏ ਹੋ ਨਾ ਨੈਨੰਗ ਮਚਾਉ ਨਾ ਡਿੰਭੰਗ ਦਿਖਾਉ ਨਾ ਕਰਮੰ ਕਮਾਉ ਨਾ ਪੇਖੀ ਕਹਾਉ ਮੈਂ ਹੁਣ ਪੇਖ ਨਹੀਂ ਤਾਰਾਂਗਾ ਪੇਖ ਹੁੰਦਾ ਦਿਸੇ ਕੁਛ ਹੋਰ ਕਰੇ ਕੁਛ ਹੋਰ ਜੇ ਮੈਂ ਸ੍ਰੀ ਸਾਹਿਬ ਤਾਰਨ ਕਰਾਂਗਾ ਤੇ ਉਸ ਨੂੰ ਵਰਤਾਂਗਾ ਵੀ ਨਾ ਪੇਖ ਪੇਖੀ ਕਹਾਉ ਨਾ ਨੈਨੰਗ ਮਚਾਉ ਮੈਂ ਇੱਥੇ ਆ ਕੇ ਕੋਈ ਅੱਖਾਂ ਨਹੀਂ ਮਟਕਾਵਾਂਗਾ ਹਜ਼ੂਰ ਨੇ ਕਿਹਾ ਮੈਂ ਕੋਈ ਕਰਮ ਕਾਂਡ ਨਹੀਂ ਕਰਾਂਗਾ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਅਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਮੜੀ ਮਸਾਣੀ ਰਹੇ ਬਿਬਾਣੀ ਬਿਲਕੁਲ ਇਸੇ ਤਰੀਕੇ ਦੇ ਨਾਲ ਗੁਰੂ ਕਲਗੀਧਰ ਪਿਤਾ ਨੇ ਵੀ ਦੱਸਿਆ ਕਿ ਜਿਤਨੇ ਕਰਮकांड ਹਨ ਉਹਨਾਂ ਦਾ ਤਿਆਗ ਕਰਾਂਗਾ ਔਰ ਕਰਾਵਾਂਗਾ ਹਜ਼ੂਰ ਨੇ ਖੁਦ ਲਿਖਿਆ ਜੋ ਕਾਹੂਲੇ ਗਦਾ ਨਵਾਇਓ ਫੂਲ ਮਾਲ ਤੇ ਮੂੰਡ ਧਰਾਇਓ ਤੇ ਕਰਤਾ ਕੀ ਸੋਭਾ ਨਹੀਂ ਹਾਸੀ ਹੋ ਸਬਸ ਜਬ ਮਾਹੀ ਨਿੰਮ ਕੋ ਰਹਤੀਏ ਕੇਸ ਰਖਾਏ ਕਹੋ ਸੋ ਕੈਸੇ ਸੋਭਾ ਪਾਏ ਜਿਸ ਤਰੀਕੇ ਦੇ ਨਾਲ ਗੁਰਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਉਹਨਾਂ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਰਮ ਕਾਂਡਾਂ ਦੀ ਸਖਤ ਰਖੇਦੀ ਕਰਦਿਆਂ ਕਿਹਾ ਕਿ ਖੂਕ ਮਲ ਹਾਰੀ ਗਜ ਗਧਾ ਵਿਬੂਤ ਥਾਰੀ ਗਿੱਧਵਾ ਮਸਾਨ ਬਾਸ ਕਰਿਓ ਹੀ ਕਰਤ ਹੈ ਅਗਰ ਇਨਾਂ ਕੰਮਾਂ ਦੇ ਨਾਲ ਰੱਬ ਦੀ ਪ੍ਰਾਪਤੀ ਹੋਏ ਤਾਂ ਫਿਰ ਇਹਨਾਂ ਨੂੰ ਪਹਿਲੇ ਰੱਬ ਪ੍ਰਾਪਤ ਹੋ ਸਕਦਾ ਹੈ ਖੂਕ ਮਲ ਹਾਰੀ ਗਜ ਗਧਾ ਵਿਪੂਤ थारी ਕਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਕੋਗੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਪ ਮੌਨ ਸਾਦੇ ਹੀ ਮਰਤ ਹੈ ਵਿੰਦ ਕੇ ਸਧਈਆ ਤਾਹੇ ਹੀਜ ਕੀ ਬਡਈਆ ਦੇ ਤ ਬੰਦਰਾ ਸਦੀਪ ਪਾਏ ਨਾਂਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਹੀਨ ਚੀਨ ਕੈਸੇ ਕਹਿਤਾ ਰਹਾ ਹੈ ਹਜ਼ੂਰ ਕਹਿੰਦੇ ਹਨ ਜਿਹੜੇ ਕੇਵਲ ਕਰਮकांड ਦੇ ਨਾਲ ਤੁਰਦੇ ਹਨ ਇਹ ਦੋ ਚੀਜ਼ਾਂ ਵਿੱਚ ਇਹਨਾਂ ਨੂੰ ਪ੍ਰਵੀਨਤਾ حاصل ਹੋਏਗੀ ਕਾਮ ਕ੍ਰੋਧ ਮੈ ਪ੍ਰਵੀਨ ਇੱਕ ਗਿਆਨ ਕੇ ਬਹੀਨ ਛੀਨ ਕੈਸੇ ਕਤਰਤ ਹੈ ਉਸ ਅਕਾਲ ਪੁਰਖ ਨੂੰ ਗਿਆਨ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਉਸ ਗਿਆਨ ਦੇ ਪ੍ਰਕਾਸ਼ ਨੂੰ ਉਸ ਗਿਆਨ ਨੂੰ ਵੰਡਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਪ੍ਰਕਾਸ਼ ਵੰਡਣ ਲਈ ਆਏ ਅਸੀਂ ਕੁਝ ਤਸਵੀਰਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸ ਪਾਵਨ ਧਰਤੀ ਦੇ ਉਹਨਾਂ ਦੀਆਂ ਯਾਦਾਂ ਦੇ ਕੁਝ ਅਸੀਂ ਦਰਸ਼ਨ ਕਰ ਸਕੀਏ ਅਸੀਂ ਨਤਬਸਤਕ ਹੋ ਸਕੀਏ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਨੂੰ ਜਿਸ ਤੇ ਗੁਰੂ ਨਾਨਕ ਸਾਹਿਬ ਗੁਰਤੇਗ ਬਹਾਦਰ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਪਹਿਲੀ ਤਸਵੀਰ ਸ੍ਰੀ ਪਟਨਾ ਸਾਹਿਬ ਦੇ ਪ੍ਰਕਾਸ਼ ਦਿਵਸ ਦੀ ਉਹ ਤਸਵੀਰ ਹੈ ਇਸ ਤੋਂ ਅਗਲੀ ਤਸਵੀਰ ਵੀ ਇਹ ਵੀ ਪਟਨਾ ਸਾਹਿਬ ਦੀ ਹੈ ਔਰ ਇਸ ਤੋਂ ਬਾਅਦ ਦੀ ਵੀ ਇੱਕ ਹੋਰ ਤਸਵੀਰ ਸ੍ਰੀ ਪਟਨਾ ਸਾਹਿਬ ਦੀ ਇਸ ਤੋਂ ਅਗਲੀ ਤਸਵੀਰ ਆਪ ਜੋ ਵੇਖ ਰਹੇ ਹੋ ਇਹ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਹੈ ਇਹ ਇਮਾਰਤ 1960 ਦੇ ਵਿੱਚ ਬਣਾਈ ਗਈ ਸੀ ਇਸ ਤੋਂ ਪਹਿਲੀ ਇਮਾਰਤ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਸੀ ਜੇ ਕਿ ਪੋਚਾਲ ਦੇ ਵਿੱਚ ਉਹ ਬਰਬਾਦ ਹੋ ਗਈ ਸੀ ਔਰ ਇਸ ਤੋਂ ਬਾਅਦ ਇਹ ਇਮਾਰਤ ਦੀ ਉਸਾਰੀ ਕੀਤੀ ਗਈ ਇਸ ਤੋਂ ਅਗਲੀ ਤਸਵੀਰ ਵਿੱਚ ਜੋ ਆਪ ਦੇਖ ਰਹੇ ਹੋ ਉਹ ਗੁਰੂ ਗੋਬਿੰਦ ਗੁਰਤੇਗ ਬਹਾਦਰ ਸਾਹਿਬ ਜੀ ਦਾ ਉਹ ਪਾਵਨ ਹੁਕਮਨਾਮਾ ਹੈ ਜਿਹੜਾ ਉਹਨਾਂ ਨੇ ਸੰਗਤ ਦੇ ਨਾਮ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਸੀ ਕਿ ਇਹ ਕਬੀਲਾ ਹਮਨੇ ਪਟਨੇ ਵਿੱਚ ਛੋੜਾ ਹੈ ਔਰ ਹਵੇਲੀ ਅ ਹਵੇਲੀ ਅਵਲ ਹਵੇਲੀ ਹੋਵੇ ਬੜੀ ਤਿਸਮੇ ਕਬੀਲਾ ਹਮਾਰਾ ਰੱਖਣਾ ਇਹ ਹਜ਼ੂਰ ਦਾ ਹੁਕਮਨਾਮਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਬਾਲਕ ਰੂਪ ਵਿੱਚ ਗੋਬਿੰਦ ਰਾਏ ਦੇ ਰੂਪ ਵਿੱਚ ਸਨ ਤਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਨਿੱਕੇ ਨਿੱਕੇ ਸ਼ਸਤਰ ਸਜਾ ਕੇ ਸ਼ਸਤਰ ਅਭਿਆਸ ਕਰਦੇ ਸਨ ਜਿਸ ਪਟਨੇ ਦੀ ertid ਤੇ ਮਹਾਤਮਾ ਬੁੱਧ ਨੇ ਕੇਸ ਔਰ ਕਿਰਪਾਨ ਦਾ ਤਿਆਗ ਕੀਤਾ ਉਹਨਾਂ ਚੀਜ਼ਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਾਥੀਆਂ ਨੂੰ ਸਜਜਤ ਕੀਤਾ। ਔਰ ਉਹਨਾਂ ਨੂੰ ਲੈ ਕੇ ਜਦੋਂ ਉੱਥੋਂ ਨਵਾਬ ਦੀ ਸਵਾਰੀ ਲੰਗੀ ਤਾਂ ਹਜ਼ੂਰ ਨੇ ਬੱਚਿਆਂ ਨੂੰ ਲੈ ਕੇ ਨਵਾਬ ਦਾ ਮੂੰਹ ਚੜਾਇਆ। ਉੱਥੋਂ ਦੀ ਸੰਗਤ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਹਕੂਮਤ ਸਖਤ ਹੈ। ਬਾਲਕ ਗੋਬਿੰਦ ਰਾਏ ਨੇ ਜੋ ਕੀਤਾ ਹੈ ਇਹਨਾਂ ਨੇ ਚੰਗਾ ਨਹੀਂ ਕੀਤਾ। ਇਹਨਾਂ ਨੂੰ ਸਮਝਾਓ। ਕਿ ਇਸ ਤਰ੍ਹਾਂ ਨਾ ਕਰਿਆ ਕਰਨ ਕਿਉਂਕਿ ਪਹਿਲਾ ਉਹਨਾਂ ਨੇ ਮਾਤਾ ਜੀ ਕੋ ਸ਼ਿਕਾਇਤ ਕੀਤੀ ਮਾਤਾ ਗੁਜਰੀ ਜੀ ਕੋ ਮਾਤਾ ਜੀ ਨੇ ਕਿਹਾ ਕਿ ਹਜ਼ੂਰ ਦਾ ਹੁਕਮ ਹੈ ਗੁਰਤੇਗ ਬਹਾਦਰ ਸਾਹਿਬ ਦਾ ਹੁਕਮ ਹੈ ਕਿ ਗੁਰੂ ਗੋਬਿੰਦ ਰਾਏ ਨੂੰ ਕੁਝ ਨਹੀਂ ਕਹਿਣਾ ਜੋ ਕਰਨਗੇ ਸੰਸਾਰ ਦੇ ਭਲੇ ਲਈ ਹੀ ਕਰਨਗੇ ਤਾਂ ਜਦੋਂ ਉਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਇਹ ਸੁਨੇਹਾ ਭੇਜਿਆ ਗੁਰਤੇਗ ਬਹਾਦਰ ਸਾਹਿਬ ਨੇ ਇੱਕ ਹੁਕਮਨਾਮਾ ਪਟਨੇ ਦੀ ਸੰਗਤ ਨੂੰ ਭੇਜਿਆ ਉਹ ਹੁਕਮਨਾਮਾ ਆਉਣ ਵਾਲੇ ਸਮੇਂ ਦਾ ਆਸਾਰ ਸੀ ਪੈ ਕਾਹੂ ਕੋ ਦੇਤ ਨੇ ਨਹਿ ਪਹਿਵਨਤ ਆਨ ਦਾ ਸੰਦੇਸ਼ ਦੇਣ ਵਾਲੇ ਤਿਲਕ ਜੰਜੂ ਦੇ ਖਾਤਰ ਕੁਰਬਾਨੀ ਦੇਣ ਵਾਲੇ ਗੁਰਤੇਗ ਬਹਾਦਰ ਸਾਹਿਬ ਦਾ ਆਉਣ ਵਾਲੇ ਸਮੇਂ ਦਾ ਆਗਾਜ਼ ਸੀ ਜੋ ਉਸ ਵੇਲੇ ਗੁਰਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੰਗਤ ਨੂੰ ਹੁਕਮਨਾਮਾ ਭੇਜਿਆ ਉਸ ਵਿੱਚ ਲਿਖਿਆ ਬਾਲਕ ਗੋਬਿੰਦ ਰਾਏ ਜੋ kia ਹੈ ਪਲਾ kia ਹੈ ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ ਘਰ ਆਏ ਹੀ ਬੈਠੇ ਤਾਂ ਉਸ ਕੋ ਪਵੰਦ ਹੀ ਦੇਣੀ ਸਰਾਂਦੀ ਨਹੀਂ ਇਹ ਕਿਤਨਾ ਵੱਡਾ ਇੱਕ ਸੰਦੇਸ਼ ਸੀ ਆਉਣ ਵਾਲੇ ਤੂਫਾਨ ਦਾ ਆਗਾਜ਼ ਸੀ ਕਿ ਕਿਸ ਤਰੀਕੇ ਦੇ ਨਾਲ ਬਾਲਕ ਗੋਬਿੰਦ ਰਾਏ ਨੂੰ ਗੁਰੂ ਕਲਗੀ ਤਰਪਤਾ ਦੇ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜਿਹੜੇ ਇਹ ਕਹਿ ਸਕਣਗੇ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਪ੍ਰਕਾਸ਼ ਦੀ ਉਹ ਤਸਵੀਰ ਹੈ ਇਸ ਤੋਂ ਬਾਅਦ ਅਗਲੀ ਤਸਵੀਰ ਪੀਰ ਪੀਖਣ ਸਾਹਿਬ ਦੀ ਜਿਸ ਵਿੱਚ ਪੀਰ ਜੀ ਜਦੋਂ ਆਏ ਤਾਂ ਜਿਵੇਂ ਆਮ ਸ਼ੰਕਾ ਹੁੰਦੀ ਹੈ ਕਿ ਗੋਬਿੰਦ ਰਾਏ ਇਹ ਕਿਹਨਾਂ ਦਾ ਸਾਥ ਦੇਣਗੇ ਕਿਉਂਕਿ ਇਸ ਧਰਤੀ ਦੇ ਉੱਤੇ ਕਹਿ ਮਰ ਦੇ ਬਾਵਣ ਮੌਲਾਣੇ ਵਾਲੀ ਹਾਲਤ ਬਣੀ ਹੋਈ ਸੀ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਤਾਂ ਪੀਰ ਜੀ ਨੇ ਆਪਣੀ ਸੋਚ ਮੁਤਾਬਕ ਦੋ ਕੁੱਜੀਆਂ ਦੇ ਵਿੱਚ ਇੱਕ ਵਿੱਚ ਪਾਣੀ ਔਰ ਇੱਕ ਵਿੱਚ ਦੁੱਧ ਲੈ ਕੇ ਆਏ ਔਰ ਉਹਨਾਂ ਦੇ ਮਨ ਵਿੱਚ ਧਾਰੀ ਕਿ ਜੇ ਤਾਂ ਇਹ ਦੁੱਧ ਵਾਲੇ ਤੇ ਰੱਖਣਗੇ ਹੱਥ ਰੱਖਣਗੇ ਤਾਂ ਮੈਂ ਸਮਝਾਂਗਾ ਕਿ ਹਿੰਦੂਆਂ ਦਾ ਸਾਥ ਦੇਣਗੇ ਮਗਰ ਜੇ ਦੂਜੇ ਪਾਸੇ ਰੱਖਣਗੇ ਤਾਂ ਤੁਰਕਾਂ ਦਾ ਜਾਂ ਮੁਸਲਮਾਨਾਂ ਦਾ ਸਾਥ ਦੇਣਗੇ ਸਤਗੁਰੂ ਨੇ دونوں کو جیاں دے یکسار یک سار کو سار ہتھ رکھ دیتا اور آن والے سمیدہ ایک سندیش دیتا مانس کی جات سب ایک کے پہچان پو اے بالپن کی گل نہیں گروہ صاحب نو جدو بعد وچوی بہادر شاہ پیر نے پچھیا سی پیر مذہب تمہارا خوب کہ ہمارا خوب حضور نے کہا سی تم کو تمہارا خوب ہم کو ہمارا خوب جڑے گرتیک بہادر صاحب تلک جنجودی کی خاطر ਗੁਰਤੇਗ ਬਹਾਦਰ ਸਾਹਿਬ ਸ਼ਹਾਦਤ ਦਿੰਦੇ ਹਨ ਪਰ ਉਹੀ ਧਰਮ ਦਾ ਪਾਠ ਜਿਹੜਾ ਗੁਰੂ ਸਾਹਿਬਾਨ ਨੇ ਪੜਾਇਆ ਪੀਰ ਬੁੱਧੂ ਸ਼ਾ ਸਢੋਰੇ ਵਾਲੇ ਉਹ ਆਪਣੇ ਬੱਚਿਆਂ ਦੀ ਕੁਰਬਾਨੀ ਗੁਰੂ ਸਾਹਿਬ ਦੇ ਉਹਨਾਂ ਆਦੇਸ਼ਾਂ ਲਈ ਉਹਨਾਂ ਉਦੇਸ਼ਾਂ ਲਈ ਦਿੰਦੇ ਹਨ ਅਗਲੀ ਤਸਵੀਰ ਇਹ ਗੁਰੂ ਸਾਹਿਬ ਦੀ ਬਾਲਪਨ ਦੀ ਗੋਬਿੰਦ ਰਾਏ ਜੀ ਦੀ ਗੋਬਿੰਦ ਕਾਠ ਦੀ ਉਹ ਤਸਵੀਰ ਹੈ ਹਜ਼ੂਰ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਆਪਣਾ ਕੰਗਣ ਸੋਨੇ ਦਾ ਕੜਾ ਉਹਨਾਂ ਨੇ ਕੰਗਾ ਦੀ ਪੇਟਾ ਕਰ ਦਿੱਤਾ ਸੁੱਟ ਦਿੱਤਾ ਜਦੋਂ ਗਏ ਮਾਤਾ ਜੀ ਨੂੰ ਦੱਸਿਆ ਉਹਨਾਂ ਨੇ ਪੁੱਛਿਆ ਕਿ ਕਿੱਥੇ ਹੈ ਉਹ ਕੜਾ ਕਿੱਥੇ ਹੈ ਹਜ਼ੂਰ ਉਹਨਾਂ ਨੂੰ ਲੈ ਕੇ ਸਾਥੀਆਂ ਸਮੇਤ ਵਾਪਸ ਆਏ ਔਰ ਦੂਸਰਾ ਕੜਾ ਵੀ ਲਾ ਕੇ ਸੋਟਿਆ ਕਿ ਇਸ ਜਗ੍ਹਾ ਦੇ ਉੱਤੇ ਹੋਏਗਾ ਇਹ ਕਿੰਨੀ ਕਮਾਲ ਦੀ ਗੱਲ ਹੈ ਜਿਹੜੀ ਹਜ਼ੂਰ ਨੇ ਕੌਤਕ ਕੀਤਾ ਸ਼ਾਇਦ ਇਹ ਸ਼ੱਕ ਹੋਏ ਕਿ ਇਹ ਬਾਲਪਨ ਦੀ ਗੱਲ ਹੈ ਪਰ ਇਹੀ ਕੌਤਕ ਇਹੀ ਚੋਜ ਗੁਰੂ ਸਾਹਿਬ ਨੇ ਦੁਹਰਾਇਆ ਨਗੀਨਾ ਕਾਟ ਹਜ਼ਰ ਸਾਹਿਬ ਦੇ ਵਿੱਚ ਜਦੋਂ ਬਹਾਦਰ ਸ਼ਾਹ ਨੇ ਇੱਕ ਕੀਮਤੀ ਨਗੀਨਾ ਗੁਰੂ ਸਾਹਿਬ ਨੂੰ ਪੇਟਾ ਕੀਤਾ ਤਾਂ ਉਹਨਾਂ ਨੇ ਗੋਦਾਵਰੀ ਦੀ ਪੇਟਾ ਕਰ ਦਿੱਤਾ ਗੋਦਾਵਰੀ ਦੇ ਵਿੱਚ ਸੁੱਟ ਦਿੱਤਾ ਤਾਂ ਉਸ ਨੇ ਕਿਹਾ ਕਿ ਮੇਰਾ ਨਗੀਨਾ ਇਤਨਾ ਕੀਮਤੀ ਸੀ ਹਜ਼ੂਰ ਨੇ ਕਿਹਾ ਆਪਣੇ ਬੰਦੇ ਭੇਜੋ ਔਰ ਗੋਦਾਵਰੀ ਦੇ ਵਿੱਚੋਂ ਲੱਭ ਲਓ ਔਰੇ ਕੋ ਤੱਕ ਹੋਇਆ ਜਦੋਂ ਉਸ ਦੇ ਵਿੱਚ ਚੁੱਭੀ ਮਾਰੀ ਉਹਦੇ ਬੰਦਿਆਂ ਨੇ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਹਜੇ ਨਗინੇ ਸਨ ਹੁਣ ਇੱਕ ਛੋਟਾ ਜਿਹਾ ਬ੍ਰੇਕ ਇਸ ਤੋਂ ਬਾਅਦ ਅਸੀਂ ਮੁੜ ਹਾਜ਼ਰ ਹਾਂ ਜਾਂ ਤੇ ਛੂਟ ਗਿਆ ਉਹ ਭ੍ਰਮ ਉਰਕਾ ਤਿਸ ਅਗੇ ਹਿੰਦੂ ਕਿਆ ਤੁਰਕਾ ਪਟਨਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀਆਂ ਯਾਦਾਂ ਵਿੱਚ ਉਹ ਸਥਾਨ ਜੁੜੇ ਹਨ ਜਿੱਥੇ ਹਿੰਦੂ ਤੇ ਮੁਸਲਮਾਨ ਦੋਨਾਂ ਨੇ ਇਕਸਾਂ ਗੁਰੂ ਸਾਹਿਬ ਨੂੰ ਪਿਆਰ ਕੀਤਾ ਜੇਕਰ ਗੁਰੂ ਕਾ ਬਾਗ ਗੁਰੂ ਸਾਹਿਬ ਦੀ ਉਹ ਪਾਵਨ ਯਾਦ ਨੂੰ ਤਾਜ਼ਾ ਕਰਦਾ ਹੈ ਜਿਹੜਾ ਕਿ ਮੁਸਲਮਾਨ ਪ੍ਰਾਵਾ ਨੇ ਰਹੀਮ ਬਖਸ਼ ਤੇ ਕਰੀਮ ਬਖਸ਼ ਨੇ ਗੁਰੂ ਕਾ ਬਾਗ ਕਹਿ ਦਿੱਤਾ ਆਪ ਦਾ ਬਾਗ ਕਹਿ ਦਿੱਤਾ ਤਾਂ ਇਸ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਤੇ ਕੰਗਨ ਕਾੜ ਦੇ ਨਾਲ ਹੀ ਉਹ ਜਗ੍ਹਾ ਵੀ ਹੈ ਜਿੱਥੇ ਪੰਡਿਤ ਸ਼ਿਵਦੱਤ ਨੇ ਇਹ ਅਰਦਾਸ ਕੀਤੀ ਇਹ ਪ੍ਰਾਰਥਨਾ ਕੀਤੀ ਕਿ ਮੈਨੂੰ ਮੈਂ ਸ਼ਿਵ ਉਪਾਸ਼ਕ ਹਾਂ ਮੈਂ ਸ਼ਿਵਦਤ ਪੰਡਤ ਜਿਸ ਨੇ ਇਹ ਪ੍ਰਾਰਥਨਾ ਕੀਤੀ ਕਿ ਗੁਰੂ ਗੋਬਿੰਦ ਸਿੰਘ ਮੈਨੂੰ ਬਾਲਕ ਗੋਬਿੰਦ ਰਾਏ ਮੈਨੂੰ ਭਗਵਾਨ ਰਾਮ ਦੇ ਰੂਪ ਵਿੱਚ ਦਰਸ਼ਨ ਦੇ ਜਦੋਂ ਉਸ ਨੇ ਸਾਹਮਣੇ ਦੇਖਿਆ ਤੀਰ ਕਮਾਨ ਨਾਲ ਲੈਸ ਔਰ ਸ਼ਮਸ਼ੀਰ ਔਰ ਉਸ ਰੂਪ ਦੇ ਵਿੱਚ ਦੇਖ ਕੇ ਉਸ ਨੇ ਸਜਦਾ ਕਰ ਦਿੱਤਾ ਸਿਰ ਝੁਕਾ ਦਿੱਤਾ ਅਗਲੀ ਤਸਵੀਰ ਜਿਹੜੀ ਆ ਵੇਖ ਰਹੇ ਹੋ ਇਹ ਉਸ ਪੰਡਤ ਸ਼ਿਵਦਤ ਦੇ ਉਸ ਸਥਾਨ ਦੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਤਕ ਕੀਤਾ ਇਸ ਤੋਂ ਅਗਲੀ ਤਸਵੀਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੌਜੂਦ ਮਾਤਾ ਗੁਜਰੀ ਜੀ ਦੇ ਉਸ ਖੂਹ ਦੀ ਹੈ ਜਿਸ ਖੂਹ ਦੇ ਉੱਤੇ ਪਾਣੀ ਪਰਣਾਂਦੇ ਸੀ ਬੀਬੀਆਂ ਪਾਣੀ ਪਰਣਾਂਦੀਆਂ ਸੀ ਗੁਰੂ ਸਾਹਿਬ ਨੇ ਪਹਿਲਾਂ ਗੁਲੇਲਿਆਂ ਨਾਲ ਉਹਦੇ ਬਾਅਦ ਤੀਰਾਂ ਦੇ ਨਾਲ ਜਦੋਂ ਉਹਨਾਂ ਦੀਆਂ ਮਟਕੀਆਂ ਔਰ ਗਾਗਰ ਜਿਸਲੇ ਪਨੀਆਂ ਤਾਂ ਉਸ ਵੇਲੇ ਉਹਨਾਂ ਨੇ ਅਰਦਾਸ ਕੀਤੀ ਕਿ ਹੁਣ ਕੀ ਹੋਏਗਾ ਕਿਉਂਕਿ ਸਾਡਾ ਤਾਂ ਕੰਮ ਇਸ ਨਾਲ ਚੱਲਦਾ ਹੈ ਮਾਤਾ ਜੀ ਨੇ ਕਿਹਾ ਅਸੀਂ ਬਾਲ ਗੋਬਿੰਦ ਰਾਏ ਨੂੰ ਵੀ ਮਨਾ ਨਹੀਂ ਕਰ ਸਕਦੇ ਔਰ ਤੁਹਾਨੂੰ ਵੀ ਨਹੀਂ ਕਹਿ ਸਕਦੇ ਇਸ ਖੂ ਦਾ ਪਾਣੀ ਕੋਹੜਾ ਹੋ ਜਾਏ ਤਾਂ ਉਹਨਾਂ ਨੇ ਕਿਹਾ ਸਾਡਾ ਤਾਂ ਕੰਮ ਇਸ ਨਾਲ ਚੱਲਦਾ ਸੀ ਮਾਤਾ ਜੀ ਨੇ ਕਿਹਾ ਇੱਕ ਸੰਦੇਸ਼ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਸੰਗਤ ਆਏਗੀ ਇਹ ਪਾਣੀ ਮਿੱਠਾ ਹੋਏਗਾ ਔਰ ਇਹ ਸਹੀ ਹੈ ਹੁਣ ਉਹ ਪਾਣੀ ਖੂ ਦਾ ਕਾਫੀ ਮਿੱਠਾ ਹੈ ਅਗਲੀ ਤਸਵੀਰ ਵਿੱਚ ਗੁਰੂ ਸਾਹਿਬ ਦੇ ਉਹ ਸ਼ਸਤਰ ਹਨ ਜਿਹੜੇ ਉਹਨਾਂ ਦੇ ਚੱਕਰ ਉਹਨਾਂ ਦੇ ਚਾਰ ਤੀਰ ਉਹਨਾਂ ਦੀ ਸੈਫ ਜਿਹੜੀ ਸ੍ਰੀ ਸਾਹਿਬ ਹੈ ਖੰਡਾ ਹੈ ਔਰ ਉਹਨਾਂ ਦੇ ਸੀਸ ਦੇ ਉੱਤੇ ਲਗਾਉਣ ਵਾਲਾ ਉਹ ਖੰਡਾ ਥੱਲੇ ਉਹਨਾਂ ਦਾ ਕੰਗਾ ਨਾਲ ਉਹਨਾਂ ਦੇ ਗੁੱਲੇਲੇ ਸਿਰ ਦੇ ਵਿੱਚ ਜੂੜੇ ਵਿੱਚ ਧਾਰਨ ਕਰਨ ਵਾਲੀ ਉਹ ਚੱਕਰੀ ਉਹਨਾਂ ਦਾ ਖੰਜਰ ਤੇ ਖੱਬੇ ਪਾਸੇ ਇੱਕ ਬਾਗ ਨਖੀ ਹੈ ਇਹ ਗੁਰੂ ਸਾਹਿਬ ਦੇ ਪਾਵਨ ਸ਼ਸਤਰ ਹਨ ਔਰ ਇਹ ਸਹੀ ਹੈ ਇਹ ਅਜ ਵੀ ਸਨੇਹਾ ਦੇ ਰਹੇ ਹਨ ਜਿਹੜੇ ਤੀਰਾਂ ਤਲਵਾਰਾਂ ਤੋਂ ਡਰਨਗੇ ਉਹ ਪਾਣੀ ਖੂਦ ਆ ਕੌੜਾ ਹੋਇਆ ਸੀ ਉਹਨਾਂ ਲਈ ਇਸ ਸੰਸਾਰ ਦਾ ਉਹ ਪਾਣੀ ਵੀ ਕੌੜਾ ਹੋ ਜਾਏਗਾ ਇਹ ਸੰਸਾਰ ਸਮੁੰਦਰ ਵੀ ਕੌੜਾ ਹੈ ਜਿਹੜੇ ਗੁਰੂ ਸਾਹਿਬ ਦੇ ਉਹਨਾਂ ਸ਼ਸਤਰਾਂ ਤੋਂ ਡਰਨਗੇ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ ਗਾਏ ਘਾਟਦੀ ਹੈ ਜੇ ਵੱਡਾ ਗੁਰਦੁਆਰਾ ਕਹਿੰਦੇ ਹਨ ਜਿਸ ਜਗ੍ਹਾ ਦੇ ਉੱਤੇ ਇਹ ਸਭ ਤੋਂ ਪਹਿਲਾ ਗੁਰਦੁਆਰਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਗੁਰਤੇਗ ਬਹਾਦਰ ਸਾਹਿਬ ਨੇ ਵੀ ਦਰਸ਼ਨ ਦਿੱਤੇ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਯਾਦ ਨਾਲੇ ਜੁੜਿਆ ਇਹ ਪਵਿੱਤਰ ਸਥਾਨ ਹੈ ਇਸ ਤੋਂ ਅਗਲੀ ਤਸਵੀਰ ਗੁਰੂ ਕੇ ਬਾਗ ਦੀ ਹੈ ਜੋ ਰਹੀਮ ਬਖਸ਼ ਕਰੀਮ ਬਖਸ਼ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਇਹ ਆਪ ਦਾ ਬਾਗ ਹੈ ਤੇ ਗੁਰੂ ਕੇ ਬਾਗ ਕਰਕੇ ਉਹ ਪਵਿੱਤਰ ਸਥਾਨ ਬਣਿਆ ਇਸ ਤੋਂ ਅਗਲੀ ਤਸਵੀਰ ਪਟਨਾ ਸਾਹਿਬ ਦੇ ਵਿੱਚ ਸशोਭਿਤ ਇਹ ਸੰਵਤ 1755 ਖਾਲਸੇ ਦੀ ਸਿਰਜਣਾ ਤੋਂ 1 ਸਾਲ ਪਹਿਲੇ ਦਾ ਸ੍ਰੀ ਦਸਮ ਗ੍ਰੰਥ ਦੀ ਉਹ ਉਹ ਗ੍ਰੰਥ ਦੀ ਉਹ ਸੰਚੀ ਹੈ ਜਿਹੜੀ ਪਟਨਾ ਸਾਹਿਬ ਵਿੱਚ ਹੈ ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਗਲੀ ਤਸਵੀਰ ਵਿੱਚ ਉਹ ਦਸਕਤ ਹਨ ਜਿਹੜੀ ਅਗਲੀ ਤਸਵੀਰ ਵਿੱਚ ਸਪਸ਼ਟ ਹੁੰਦੇ ਹਨ ਜੋ ਉੱਥੇ ਬੀੜ ਦੇ ਉੱਤੇ ਗੁਰੂ ਸਾਹਿਬ ਨੇ ਦਸਕਤ ਕੀਤੇ ਜਦੋਂ ਵੀ ਹਜ਼ੂਰ ਦਸਕਤ ਕਰਦੇ ਸਨ ਉਹ ਸ੍ਰੀ ਸਾਹਿਬ ਦਾ ਚਿੰਨ ਬਣਾਉਂਦੇ ਸਨ ਇਸ ਤੋਂ ਅਗਲੀ ਤਸਵੀਰ ਆਪ ਦੇਖ ਰਹੇ ਹੋ ਵਿਚਕਾਰ ਉਹ ਖੰਡਾ ਹੈ ਜਿਹੜਾ ਪਟਨਾ ਸਾਹਿਬ ਹੈ ਤੇ ਸੱਜੇ ਪਾਸੇ ਉਹ ਖੰਡਾ ਹੈ ਜਿਸ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਵਿੱਚ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਦੋਨਾਂ ਦਾ ਡਿਜ਼ਾਈਨ ਬਿਲਕੁਲ ਉਹੀ ਹੈ ਇਸ ਤੋਂ ਅਗਲੀ ਤਸਵੀਰ ਖੱਬੇ ਪਾਸੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚੰਦਨ ਦੇ ਉਪਉਵੇ ਜਾਂ ਖੜਾਵਾਂ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹਾਥੀ ਦੰਦੀਆਂ ਖੜਾਵਾ ਹਨ ਪਰ ਇੱਥੇ ਇੱਕ ਅਫਸੋਸ ਹੈ ਇਤਨੀ ਕੀਮਤੀ ਚੀਜ਼ ਜਿਹੜੀ ਚੰਦਨ ਔਰ ਹਾਥੀ ਦੰਦੀਆਂ ਇਹਨਾਂ ਦੇ ਉੱਤੇ ਵੀ ਸੋਨਾ ਲਗਾ ਦਿੱਤਾ ਗਿਆ ਹੈ ਇਸ ਤੋਂ ਅਗਲੀ ਤਸਵੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਬਹੁਤ ਪੁਰਾਤਨ ਤਸਵੀਰ ਹੈ ਜਿਸ ਨੂੰ ਛਵੀ ਸਾਹਿਬ ਦੇ ਨਾਮ ਨਾਲ ਕਿਹਾ ਜਾਂਦਾ ਹੈ ਜਿਹੜਾ ਕਿ ਉੱਥੇ ਦੇ ਕਾਨੂੰਨ ਵਿੱਚ ਲਿਖਿਆ ਹੈ ਇਹ ਛਵੀ ਸਾਹਿਬ ਉਸ ਤੋਂ ਬਾਹਰ ਨਹੀਂ ਜਾ ਸਕਦੀ पटना साहब ਤੋਂ ਬਾਹਰ ਇਸ ਨੂੰ ਨਹੀਂ ਲਜਾਇਆ ਜਾ ਸਕਦਾ ਇਸ ਤੋਂ ਅੱਗੇ ਅਸੀਂ ਦੇਣ ਤੋਂ ਪਹਿਲੇ ਇੱਕ 20 ਨੰਬਰ ਤਸਵੀਰ ਦਿਖਾ ਕੇ ਆਪ ਨੂੰ ਜ਼ਰੂਰ ਦਿਖਾਣੀ ਚਾਹਾਂਗੇ ਅਗਲੀ ਤਸਵੀਰ ਇਹ ਸਰਦਾਰ ਮਾਨ ਸਿੰਘ ਲੰਬਾ ਮਸਕੀਨ ਜੋ ਦਾਸ ਤੇ ਤਾਇਆ ਜੀ ਸਨ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਮਦ ਦੇ ਉੱਤੇ ਕਵਤਾ ਲਿਖੀ ਸੀ ਭਾਰਤ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਭਾਰਤ ਮਾਤਾ ਦੀ ਪੁਕਾਰ ਜਿਹੜੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਨੇ ਚਾਹਾਂਗੇ ਜੰਗਲ ਉਜਾੜ ਵਿੱਚ ਸੰਝ ਵੇਲੇ ਵਾਲ ਖੁੱਲੇ ਗਲ ਵਿੱਚ ਕਫਨੀ ਹੈ ਪਾਈ ਕੋਈ ਨਾਰ ਖੜੀ ਰੁੱਖ ਨਾਲ ਟਾਸਣਾ ਆਕਾਸ਼ ਵੱਲ ਨੈਣ ਕੀਤੇ ਗੋਰੇ ਗੋਰੇ ਹੱਥਾਂ ਵਿੱਚ ਫੜੀ ਹੈ ਸਿਤਾਰ ਖੜੀ ਬਿਰਹੋਂ ਪਰੇ ਸ਼ਬਦਾ ਵਿਛੜਿਆ ਹੈ ਰਾਗ ਐਸਾ ਟੁੱਟੇ ਹੋਏ ਦਿਲ ਨਾਲ ਗਾਉਂਦੀ ਮਲਾਰ ਖੜੀ ਤ੍ਰਿਪ ਤ੍ਰਿਪ ਨੈਣਾ ਵਿੱਚੋਂ ਹੰਝੂਆਂ ਦੀ ਛੜੀ ਲੱਗੀ ਪ੍ਰੀਤਮ ਪਿਆਰੇ ਅੱਗੇ ਕਰਦੀ ਪੁਕਾਰ ਖੜੀ ਛਾਇਆ ਹੈ ਅੰਧੇਰ ਕੁੱਪਕੇਰ ਸਾਰੇ ਹਿੰਦ ਵਿੱਚ ਪਾਪੀਆਂ ਦੇ ਹੱਥ ਵਿੱਚ ਪਾਪ ਦੀ ਘਟਾਰ ਫੜੀ ਲੁੱਟਦੇ ਨੇ ਪੁੱਟਦੇ ਨੇ ਕੁੱਟਦੇ ਬੇਦੋਸ਼ੀਆਂ ਨੂੰ ਥਾਂ ਥਾਂ ਜ਼ਾਲਮਾਂ ਦੀ ਫੌਜ ਹੈ ਅਪਾਰ ਖੜੀ ਚੱਲਿਆ ਨਾ ਠੱਲਿਆਏ ਜਾਏ ਦੁੱਖ ਦੇਖ ਕਰ ਚੀਖ ਤੇ ਪੁਕਾਰ ਹਾਏ ਸੀਨੇ ਤਾਂ ਹੀ ਸਾੜ ਖੜੀ ਆਈ ਤੂੰ ਬਚਾਈ ਮਸਕੀਨ ਸਾਈ ਮਾਲਕਾਵੇ ਭਾਰਤ ਵਿਚਾਰੀ ਮਾਰੀ ਦੁੱਖਾਂ ਦੀ ਪੁਕਾਰ ਖੜੀ ਸਦਾਰਮਾਨ ਸਿੰਘ ਲਾਂਬਾ ਮਸਕੀਨ ਇਹ ਉਹਨਾਂ ਦੀ ਕਵਿਤਾ ਸੀ ਤੇ ਜਿਹੜੀ ਇਸ ਤੋਂ ਅਗਲੀ ਅਸੀਂ ਆਪ ਨਾਲ ਬਹੁਤ ਇੱਕ ਅਹਿਮ ਇੱਕ ਸੰਦੇਸ਼ ਹੈ ਪਟਨਾ ਸਾਹਿਬ ਦੀ ertid ਨੂੰ ਇੱਕ ਹੋਰ ਸੁਭਾਗ ਪ੍ਰਾਪਤ ਹੋਇਆ ਕਿ ਸ਼ਤਾਬਦੀਆਂ ਦੀ ਲੜੀ ਵਿੱਚ ਸ਼ਾਇਦ ਪਹਿਲੀ ਸ਼ਤਾਬਦੀ ਸੀ ਜਿਹੜੀ ਸਮੁੱਚੇ ਪੰਥ ਨੇ ਸਾਰੇ ਪੰਥ ਨੇ ਮਿਲ ਕੇ ਸ੍ਰੀ ਪਟਨਾ ਸਾਹਿਬ ਦੇ ਵਿੱਚ ਮਨਾਈ 1966 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ 300 ਸਾਲਾ ਪ੍ਰਕਾਸ਼ ਦਿਵਸ ਸੀ ਸਾਰੇ ਸਮੁੱਚੇ ਪੰਥ ਨੇ ਇਕੱਠਿਆਂ ਹੋ ਕੇ ਉਸ ਪਾਵਨ ਤਰਤੀ ਦੇ ਉੱਤੇ ਸ਼ਹਿਰ ਦੇ ਵੱਡੇ ਗਰਾਊਂਡ ਦੇ ਵਿੱਚ ਉਹ ਸ਼ਤਾਬਦੀ ਦੇ ਸਮਾਗਮ ਹੋਏ ਜਿਹਦੇ ਵਿੱਚ ਰਾਸ਼ਟਰਪਤੀ ਵੀ ਆਏ ਔਰ ਹੋਰ ਸਾਰੇ ਪੰਥ ਦੀਆਂ ਮਹਾਨ ਹਸਤੀਆਂ ਉੱਥੇ ਇਕੱਤਰ ਹੋਈਆਂ ਉਹ 300 ਸਾਲਾ ਦੀਆਂ तकरीबन 50 ਸਾਲ ਪੁਰਾਣੀਆਂ ਯਾਦਾਂ ਉਹ ਕੁਝ ਤਸਵੀਰਾਂ ਦੇ ਵਿੱਚ ਆਪ ਨੂੰ ਜ਼ਰੂਰ ਆਪ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ ਉਹ ਤਸਵੀਰਾਂ ਜੇ ਹੋ ਸਕੇ ਅਗਰ ਆਪ ਦੇਖੋ ਜਿਹੜਾ ਇਹ ਇਹ ਤਸਵੀਰਾਂ ਉਸ ਵੇਲੇ ਦੀਆਂ ਹਨ ਜਿਹੜੀਆਂ 300 ਸਾਲਾ ਵੇਲੇ ਜਿਹਦੇ ਵਿੱਚ ਪੰਥ ਦੇ ਸਾਰੇ ਮਹਾਨ ਆਗੂ ਔਰ ਹਸਤੀਆਂ ਉਸ ਵਿੱਚ ਸ਼ਾਮਲ ਹੋਈਆਂ ਔਰ ਪੂਰੇ ਜਾਹੋ ਜਿਲਾਲ ਦੇ ਨਾਲ ਇਹ ਜਿਹੜਾ ਸਮਾਗਮ ਸੰਨ ਉਸ ਵੇਲੇ ਕੀਤੇ ਗਏ ਹਾਲਾਂ ਇਹਨਾਂ ਸਮਾਗਮਾਂ ਤੋਂ ਕੁਛ ਹੀ ਪਹਿਲੇ ਇਹਨਾਂ ਦੇ ਵਿੱਚ ਉੱਥੇ ਕੁਛ ਐਜੀਟੇਸ਼ਨ ਕਰਕੇ ਉਹ ਪੰਡਾਲ ਦੀਆਂ ਕੁਝ ਪੰਨ ਤੋੜ ਹੋਈ ਕੁਛ ਸਾੜ ਦਿੱਤੇ ਗਏ ਪਰ ਉਸ ਵੇਲੇ ਦੀ ਸਰਕਾਰ ਬਿਹਾਰ ਸਰਕਾਰ ਨੇ ਆ ਰਾਮ ਲਖਨ ਸਿੰਘ ਯਾਦਵ ਉੱਥੇ ਪੀਡਬਲੂਡੀ ਮਿਨਿਸਟਰ ਸਨ ਕੇਬੀ ਸਹਾਇਚੀ ਮਿਨਿਸਟਰ ਸਨ ਔਰ ਜਗਜੀਵਨ ਰਾਮ ਉਸ ਵੇਲੇ ਡਿਫੈਂਸ ਮਿਨਿਸਟਰ ਸਨ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਇਹ ਪਾਵਨ ਸ਼ਸਤਰ ਹਨ ਜਿਹੜੇ ਗੁਰੂ ਸਾਹਿਬ ਦੇ ਇੰਗਲੈਂਡ ਤੋਂ ਆਏ ਸਨ ਉਸ ਉੱਥੇ ਮੰਗਾਏ ਗਏ ਉੱਥੇ ਪਹੁੰਚੇ ਸਨ ਔਰ ਉਹਨਾਂ ਨੇ ਉਹ ਸਾਰਾ ਇੰਤਜ਼ਾਮ ਮੁੜ ਦੁਬਾਰਾ ਉਹਨਾਂ ਨੇ ਕੀਤਾ ਔਰ ਵਾਕਈ ਲੱਗ ਰਿਹਾ ਸੀ ਕਿ ਸਾਰਾ ਦੇਸ਼ ਜੋ ਹੈ ਇਹ ਸਾਰੇ ਦੇਸ਼ ਦੇ ਮਿਲ ਕੇ ਇਹ ਜੋ ਸਮਾਗਮ ਕਰਾਏ ਸੋ ਇਹ ਕੁਝ ਤਸਵੀਰਾਂ ਸਨ ਜਿਹੜੀਆਂ ਕਿ ਅਸੀਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਤੇ ਜੇਕਰ ਇੱਕ ਲਫ਼ਜ਼ ਵਿੱਚ ਕਹਿ ਲਿਆ ਜਾਏ ਜਿਵੇਂ ਕਵੀ ਸੰਤੋਖ ਸਿੰਘ ਨੇ ਲਿਖਿਆ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਫੈਲਦੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤ ਸਖ ਜਾਤੇ ਵਰਨ ਗਰਖ ਜਾਤੇ ਸਹਿਜ ਵਿਦਾਨ ਕੀ ਦੇਵੀ ਦੇਵ ਦੇ ਹੋਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ 베ਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਪਾਵਨ ਰੂਪ ਮੂਰਤ ਨਾ ਹੋਤੀ ਜੋਪੈ ਕਰुणा નિধান ਕੀ ਸੋ ਹੁਣ ਸਮਾ ਹੈ ਆਪ ਦੀਆਂ ਕਾਲਸ ਲੈਣ ਦਾ ਆਪ ਸਟੂਡੀਓ ਦੇ ਉੱਤੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਆਪ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ 5222 ਦੇ ਉੱਤੇ ਆਪ ਆਪਣੀਆਂ ਪੰਜਾਬ 1718 ਪੰਜਾਬ 1 ਦੇ ਉੱਤੇ ਤੁਸੀਂ ਸਾਨੂੰ ਕਾਲਸ ਕਰ ਸਕਦੇ ਹੋ ਪਰ ਇੱਕ ਬੇਨਤੀ ਹੈ ਕਿ ਜਦੋਂ ਵੀ ਆਪ ਕਾਲ ਕਰੋ ਆਪ ਟੀਵੀ ਦੀ ਆਵਾਜ਼ ਕੱਟ ਕਰ ਦਿਓ ਔਰ ਟੀਵੀ ਤੋਂ ਥੋੜਾ ਦੂਰ ਹੋ ਕੇ ਟੈਲੀਫੋਨ ਦੇ ਰਾਹੀਂ ਸਾਡੇ ਨਾਲ ਗੱਲ ਕਰੋ ਹੈਲੋ ਹੈਲੋ ਹਾਂਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਵੇ ਜੀ ਮੈਂ ਜੀ ਸਮੀਪ ਸਿੰਘ ਗੁਮਟਾਲਾ ਬੋਲ ਰਿਹਾ ਡੇਟਨ ਤੋਂ ਹਾਂਜੀ ਹਾਂਜੀ ਗੁਮਟਾਲਾ ਸਾਹਿਬ ਜੀ ਆਇਆਂ ਨੂੰ ਬਹੁਤ ਬਧਾਈ ਸਾਰੀ ਸੰਗਤ ਨੂੰ ਬਹੁਤ ਬਹੁਤ ਬਧਾਈ ਆਪ ਸਭ ਨੂੰ ਹਾਂਜੀ ਸਾਡਾ ਪ੍ਰੋਗਰਾਮ ਸਾਰੇ ਹਿਸਟਰੀ ਦੇ ਸੁਣ ਕੇ ਸਾਰਾ ਬੜਾ ਬੜੀ ਖੁਸ਼ੀ ਹੋਈ ਹੈ ਜੀ ਜੀ ਐਸਪੈਸ਼ਲੀ ਜਿਹੜਾ ਲਾਸਟ ਵਿੱਚ ਤੁਸੀਂ ਦਿਖਾਇਆ ਕਿ 1960 ਵਿੱਚ ਜਿਹੜੀ ਸ਼ਤਾਬਦੀ ਮਨਾਈ ਗਈ ਜੀ ਸਾਰੇ ਫੰਦ ਨੇ ਇਕੱਠੇ ਹੋ ਕੇ ਮਨਾਈ ਹੈ ਜੀ ਦੇ ਜਾਲੇ ਤੱਕ ਕਾਫੀ ਸ਼ਤਾਬ ਦੀਆਂ ਆਈਆਂ ਬਟ ਜਿਹੜੇ ਨਵੇਂ ਵਿੱਚ ਫਿਰ 400 ਸਾਲਾ ਗੁਰਗ੍ਰੰਥ ਸਾਹਿਬ ਦੀ ਬਟ ਇਟ ਵਾਸ અનਫੋਰਚੂਨੇਟ ਕਿ ਸਾਰਾ ਖਾਲਸਾ ਪੰਥ ਇਕੱਠਾ ਨਹੀਂ ਸੀ ਜੀ ਬਟ ਆਈ ऍम ਰੀਲੀ ਆਈ ऍम ਬੜਾ ਗੜੀ ਖੁਸ਼ੀ ਹੋਇਆ ਸਾਰਾ ਦੇਖ ਕੇ ਜੀ ਜਿਹ ਦਸੀ ਜੋ ਹਿਸਟਰੀ ਨੇ ਡੀਟੇਲ ਵਿੱਚ ਕਵਰ ਕੀਤੀ ਹੈ ਇੱਕ ਅਰਦਾਸ ਹੈ ਜੀ ਗੁਰੂ ਕਿਰਪਾ ਕਰੇ ਕਦੀ ਪੰਥ ਉਸੇ ਰੂਪ ਵਿੱਚ ਹੋ ਜਾਏ ਕਿਉਂਕਿ ਇੱਕ ਚੀਜ਼ ਦੇਖ ਰਹੇ ਆ ਜੋ ਵੀ ਮਸਲੇ ਹਨ ਜਿਹੜੀਆਂ ਪ੍ਰੋਬਲਮਸ ਹਨ ਇਹ ਸਾਰੀਆਂ ਬਾਅਦ ਦੀਆਂ ਹਨ ساڑھے بزرگ اس سمیں تک شاید انیس سو ستر تک پنتھ کوئی مسئلہ نہیں سی صرف سکھ سن تو گروہ سی اور تیسرا کوئی مسئلہ نہیں سی اے جتنے ایشوز ہن سارے بار دے ہن گروہ بکشش کرے رحمت کرے گروہ کلگیاں والے دے ارداس کریے اس پاون موقع تے کہ وہ رحمت کرے اپنی توفیق عطا فرمائے کہ اسیمی اونا اس سباگ موقع نو پھر مڑ دیکھ سکیے بہت بہت دنواد تھنک ہیلو ਹੈਲੋ ਹਾਂਜੀ ਹਾਂਜੀ ਵੀਰ ਜੀ ਹਾਂਜੀ ਲੰਬਾ ਸਮਾਂ ਨਾਲ ਗੱਲ ਕਰਨੀ ਮੈਂ ਬੋਲ ਰਿਹਾ ਵੀਰ ਜੀ ਕੌਣ ਬੋਲ ਰਿਹਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਵੀਰ ਜੀ ਹਾਂਜੀ ਅਵਤਾਰ ਸਿੰਘ ਬੋਲਦਾ ਜੀ ਕਨੈਕਟੀਕਟ ਤੋਂ ਹਾਂਜੀ ਹਾਂਜੀ ਸਾਹਿਬ ਅਵਤਾਰ ਸਿੰਘ ਜੀ ਹਾਂਜੀ ਆਪ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਜੀ ਦੇ ਗੁਰਪੁਰਬ ਦੇ ਜੀ ਜੀ ਸਭ ਨੂੰ ਬਹੁਤ ਬਹੁਤ ਹਾਂਜੀ ਤੇ ਦਾਸ ਜੀ ਦਾ ਇਹ ਬੇਨਤੀ ਸੀ ਅੱਜ ਤੁਸੀਂ ਭਾਵੇਂ ਕਾਲਾ ਨਾ ਵੀ ਲੈਂਦੇ ਸਾਨੂੰ ਗੁਰੂ ਜੀ ਬਾਰੇ ਹੋਰ ਚਾਣਨਾ ਪਾਉਂਦੇ ਚਲੋ ਇਹ ਵੀ ਦੇਖੋ ਸੰਗਤ ਦੇ ਬਿਨਾ ਤੇ ਇਹ ਵੀ ਸੰਗਤ ਹੀ ਹੈ ਆਪਦੀ ਆਪਦੀ ਸ਼ਮੂਲੀਅਤ ਵੀ ਤੇ ਇਹ ਇਹਦੀ ਵੀ ਲੋੜ ਹੈਗੀ ਹੈ ਸਾਰੇ ਅਗਰ ਪਾਰਟਿਸਪੇਟ ਕਰਨ ਬਾਕੀ ਜੀ ਬਹੁਤ ਬਹੁਤ ਧੰਨਵਾਦ ਸੋ ਅਸੀਂ ਅਗਲੀ ਕਾਲ ਲੈਣ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ ਹੈ ਉਹਦੇ ਬਾਅਦ ਆਪ ਨੂੰ ਬੇਨਤੀ ਹੈ ਕਿ ਸਟੂਡੀਓ ਦੇ ਨੰਬਰਾਂ ਦੇ ਉੱਤੇ 7187865221 ਇਹ 718 ਪੰਜਾਬ 1 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਕਾਲ ਕਰਨ ਲੱਗਿਆਂ ਫੋਨ ਦੀ ਆਵਾਜ਼ ਬੰਦ ਕਰ ਦਿਓ ਕੱਟ ਕਰ ਦਿਓ ਜਾਂ ਉਸ ਤੋਂ ਫੋਨ ਨੂੰ ਟੀਵੀ ਤੋਂ ਦੂਰ ਲੈ ਜਾਓ ਤੇ ਇੱਕ ਬ੍ਰੇਕ ਉਸੇ ਬਾਅਦ ਫਿਰ ਮੁੜ ਹਾਜ਼ਰ ਹੁੰਦੇ ਹਾਂ ब्रेक ਦੇ ਬਾਅਦ ਆਪ ਦਰਸ਼ਕਾਂ ਦਾ ਮਿਲ ਸਵਾਗਤ ਹੈ ਪ੍ਰਕਾਸ਼ ਸ਼ਿਮਲਵੀ ਨੇ ਪਿਆਰ ਵਿੱਚ ਨਸ਼ੇ ਵਿੱਚ ਗੜੁਚ ਹੋ ਕੇ ਆਪਣੇ ਮਾਲਕ ਗੁਰੂ ਸਾਹਿਬ ਦੀ ਉਸਤਤ ਵਿੱਚ ਜਿਹੜੀਆਂ ਦੋ ਲਾਈਨਾਂ ਕਹੀਆਂ ਸਨ ਤੈਨੂੰ ਕੀ ਦੱਸਾਂ ਮੇਰੇ ਬਾਦਸ਼ਾਹ ਹਾ ਖੁਸ਼ ਨਸੀਬ ਹਾਂ ਕਿ ਮੇਰਾ ਸਾਈਂ ਹੈ ਤੂੰ ਮੇਰੇ ਕੋਲ ਰਹਿਣਾ ਮੇਰੇ ਵਿੱਚ ਵਸਣਾ ਮੇਰੇ ਪਿੰਡ ਦਾ ਮੇਰਾ ਗਰਾਈਂ ਹੈ ਤੂੰ ਇਹ ਸ਼ਰਧਾ ਹੈ ਜਿਹੜੀ ਗੁਰੂ ਪ੍ਰਤੀ ਅਸੀਂ ਅਰਪਣ ਕਰ ਸਕਦੇ ਹਾਂ ਅੱਜ ਦੇ ਇਸ ਪਾਵਨ ਮੌਕੇ ਤੇ ਆਪਦੀਆਂ ਕਾਲਸ ਲਵਾਂਗੇ ਹਲੋ ਸਤਿਗੁਰ ਨਾਮਾ ਸਾਹਿਬ ਸਤਿ ਸ੍ਰੀ ਅਕਾਲ ਕੌਣ ਬੋਲ ਰਿਹਾ ਵੀਰ ਜੀ ਸਰ ਨਾਮ ਸਿੰਘ ਬੋਲ ਰਿਹਾ ਜੀ ਜਰਸੀ ਤੋਂ ਹਾਂ ਜੀ ਵੀਰ ਜੀ ਪਹਿਲਾਂ ਤਾਂ ਸਾਰੇ ਆਪਣੇ ਜਿੰਨੇ ਵੀ ਵੇਵਰਸ ਹੈਗੇ ਸਾਰੇ ਸਾਡੇ ਪੰਜਾਬ ਦੇ ਮਤਲਬ ਸਾਰੇ ਸਮੁੱਥੀ ਸਾਡੀ ਕੌਮ ਨੂੰ ਜੀ ਅੱਜ ਤਾਂ ਤਾਂ ਸ਼ੇਰ ਗੁਰਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਜਨਾ ਬਹੁਤ ਬਹੁਤ ਵਧਾਈ ਜੀ ਹਾਂ ਜੀ ਕਿਉਂਕਿ ਬਾਕੀ ਜਿਹੜੀ ਮੈਂ ਰਿਕਵੈਸਟ ਕਰਦਾ ਕਿ ਇੱਕ ਵਾਰ ਜਿਹੜੇ ਆ ਜਿੰਨੇ ਵੀ ਸਾਡੇ ਹੈਗੇ ਆ ਸਿੱਖ ਹੈਗੇ ਆ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਜ਼ਰੂਰ ਪੜਨਾ ਚਾਹੀਦਾ ਜੀ ਜੀ ਉਸ ਨੂੰ ਸਾਨੂੰ ਪੜਨਾ ਚਾਹੀਦਾ ਮਤਲਬ ਕੀ ਕਹਿੰਦੇ ਆ ਉਸ ਤਰ੍ਹਾਂ ਪਤਾ ਲੱਗਦਾ ਵੀ ਸ਼ੂਰਜ ਪ੍ਰਕਾਸ਼ ਪੜੋ ਤੁਹਾਨੂੰ ਪਤਾ ਲੱਗਦਾ ਵੀ ਕੀ ਕੀ ਕੀਤਾ ਬਿਲਕੁਲ ਬਿਲਕੁਲ ਇਤਿਹਾਸ ਬਹੁਤ ਜ਼ਰੂਰੀ ਹੈ ਅਗਰ ਇਤਿਹਾਸ ਹੀ ਅੱਗੇ ਪ੍ਰੇਰਨਾ ਦਵੇਗਾ ਹਾਂ ਜੀ ਕਿਉਂਕਿ ਸਾਡੇ ਲਈ ਇੱਕ ਪੜਨਾ ਬਹੁਤ ਜ਼ਰੂਰੀ ਆ ਖੁਦ ਨੂੰ ਪੜਨਾ ਬਹੁਤ ਜ਼ਰੂਰੀ ਆ ਔਰ ਸਾਨੂੰ ਇੱਕ ਆਪਣਾ ਕਿਰਦਾਰ ਪੈਦਾ ਕਰਨਾ ਚਾਹੀਦਾ ਜਿਹੜੇ ਤੇ ਦਿਖਾਏ ਆ ਉਸ ਵੇਲੇ 1960 ਸਮਥਿੰਗ ਦੇ ਜੀ ਜਿਹੜੇ ਉਹ ਸਿੱਖਾ ਦਾ ਜੋ ਕਿਰਦਾਰ ਸੀ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਉਹੋ ਜਿਹਾ ਕਿਰਦਾਰ ਸਾਡਾ ਦੁਬਾਰਾ ਪੈਦਾ ਹੋਵੇ ਤਾਂ ਜਾਂ ਤਾਂ ਕਿ ਜੜੀ ਸਾਡੀ ਸਿੱਖ ਕੌਮ ਦੁਬਾਰਾ ਇਕੱਠੀ ਹੋ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਲੰਬਾ ਸਾਹਿਬ ਜੀ ਮੈਂ ਤੇਲੋਕ ਸਿੰਘ ਇੰਡੀਆਨਾ ਤੋਂ ਗੱਲ ਵੀ ਕਰ ਰਿਹਾ ਜੀ ਜੀ ਵੀਰ ਜੀ ਇਹ ਸਾਇਰ ਕਮਾਲ ਸਰਵਸਦਾਨੀ ਧੰਨ ਧੰਨ ਸ੍ਰੀ ਗੁਰਗੋਬ ਸਿੰਘ ਜੀ ਮਹਾਰਾਜ ਜੀ ਦੇ ਉਸ ਪਰਤੇ ਪੂਰੇ 64 ਸਾਡੀ ਵੱਲੋਂ ਬਹੁਤ 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 ਵਧਾਈ ਤੇ ਸਭ ਨੂੰ ਸਾਨੂੰ ਇਹੋ ਹੀ ਬਸ ਸਾਨੂੰ ਚਾਹੀਦਾ ਕਿ ਆਪਣੇ ਮਤ ਦੇ ਇੱਕ ਪਾਸੇ ਰੱਖ ਕੇ ਆਪਾਂ ਗੁਰੂ ਮਹਾਰਾਜ ਜੀ ਦਰਸਾਏ ਹੋਏ ਮਾਰਗ ਤੇ ਸਾਨੂੰ ਚੱਲਣ ਦੇ ਚੱਲਣਾ ਚਾਹੀਦਾ ਹੈ ਜੀ ਜੀ ਤੇ ਸਾਨੂੰ ਆਸ ਵਿੱਚ ਪਿਆਰ ਭਾਵਨਾ ਦੇ ਨਾਲ ਰਹਿਣਾ ਚਾਹੀਦਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜਸ ਪੰਜਾਬੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਖਾਸ ਕਰਕੇ ਤੁਸੀਂ ਜੋ ਵੀ ਪ੍ਰੋਗਰਾਮ ਲਿਆਉਂਦੇ ਹੋ ਇਹ ਸਾਨੂੰ ਜਿਹੜੀਆਂ ਗੱਲਾਂ ਦਾ ਜਿਹੜੀਆਂ ਚੀਜ਼ਾਂ ਦਾ ਕਦੀ ਨਹੀਂ ਵੀ ਪਤਾ ਹੁੰਦਾ ਮੈਨੂੰ ਬਹੁਤ ਬਹੁਤ ਨੋਲੇਜ थैंक यू ਵੈਰੀ ਮਚ ਬਹੁਤ ਬਹੁਤ ਸਾਰੇ ਪੂਰੇ ਸੰਸਾਰ ਪੂਰੇ ਸਿੱਖ ਤੁਹਾਨੂੰ ਬਹੁਤ ਬਹੁਤ ਗੁਰਗੋਵਰ ਸਿੰਘ ਜੀ ਮਹਾਰਾਜ ਦੇ ਪੁੱਸੂਦਿਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਜਾਨੀ ਤੁਹਾਨੂੰ ਹਮੇਸ਼ਾ ਇਸੇ ਦਾ ਚੜ੍ਹਦੀ ਕਲਾ ਜਿ ਰੱਖੀ ਜੀ ਸਾਰੇ ਜਗਤ ਨੂੰ ਸਾਰੇ ਜਗਤ ਨੂੰ ਵਧਾਈ ਹੈ ਤੇ ਨਾਲ ਅਸੀਂ ਜਸ ਪੰਜਾਬੀ ਵੱਲੋਂ ਇਹ ਦੱਸਣ ਦੀ ਖੁਸ਼ੀ ਵੀ ਲੈਂਦੇ ਹਾਂ ਕਿ ਜਿਹੜਾ ਜਸ ਪੰਜਾਬੀ ਨੇ ਜਿਸ ਤਰੀਕੇ ਦੇ ਨਾਲ ਆਪਨੇ ਵੇਖਿਆ ਹੈ ਕਿ ਜਿਤਨੇ ਪ੍ਰੋਗਰਾਮ ਉਹ ਦਿੱਤੇ ਹਨ ਕੱਲ 6 ਤਰੀਕ ਤੋਂ ਇੱਕ

ਲੱਗਿਆ ਵੀ ਜਿਵੇਂ ਖਾਸਾ ਕੌਮ ਤੇ ਆ ਵੀ ਜੀਵਤ ਚੀਜ਼ ਹੈ ਕਿ ਸਾਰੀਆਂ ਜਿਹੜੇ ਤੁਸੀਂ ਦੱਸਿਆ ਜੀ ਜੀਵਨ ਤੇ ਜਾ ਸਿੱਖਾਈਏ ਨੰਨੇ ਜੀ ਕਿੱਦਾਂ ਜੀਣਾ ਕਿੱਦਾਂ ਖਾਸਾ ਰੋ ਤੇ ਇਸ ਵੇਲੇ ਲਗ ਲਗ ਬਤਾਇਆ ਤੁਹਾਨੂੰ ਜੋ ਜੀ ਸਾਹਿਬ ਜਿੰਮਤ ਅਗੜੇ ਦੀ ਤੇ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਧੰਨ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਹੈਲੋ 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 ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੌਣ ਬੋਲ ਰਿਹਾ ਜੀ ਮੈਂ ਹਰਨੂਰ ਕੌਰ ਬੋਲ ਰਹੀ ਹਾਂ ਲਾਸ ਐਂਜਲਸ ਸੇ ਹਾਂਜੀ ਆਮ ਆਈ ਰੀਲੀ ਲਾਈਕਡ ਦ ਫੋਟੋਸ ਦੈ ਯੂ ਸ਼ੋਡ ਟੂਡੇ ਓਕੇ ਸਨੀ ਵੀ ਜੀ ਓਕੇ ਥੈਂਕ ਯੂ ਐਨੀ ਐਨੀਥਿੰਗ ਯੂ ਵਾਂਟ ਟੂ ਸੇ ਅਬਾਊਟ ਗੁਰੂ ਜੀ ਰਸ ਵੇ ਵੀ ਲੀ ਵੇ ਹੂੰ ਹੂੰ ਓਕੇ ਓਕੇ ਬੱਚੇ ਬਹੁਤ ਬਹੁਤ ਪਿਆਰ ਓਕੇ थैंक यू ਹੈਲੋ ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਕੌਣ ਬੋਲ ਰਿਹਾ ਜੀ ਮੈਂ ਡਾਕਟਰ ਜਸਵੰਤ ਸਿੰਘ ਸਾਡੇ ਤੋਂ ਬੋਲ ਰਿਹਾ ਜੀ ਫਿਨਿਕਸ ਅਰੀਜ਼ੋਨਾ ਤੋਂ ਹਾਂਜੀ ਵੀਰ ਜੀ ਤੇ ਮੈਂ ਲੰਬਸਾਫ ਕਰਾ ਸੀਗਾ ਕਿ ਇਹ ਜਿਹੜਾ ਹੁਣ ਆ ਨਾਨਕ ਕ੍ਰਿਸ਼ਾਈ ਕੈਲੰਡਰ ਬਾਰੇ ਜਿਹਦੀ ਗੱਲ ਹੋ ਰਹੀ ਹੈ ਜੀ ਇਦੇ ਹਿਸਾਬ ਨਾਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪ੍ਰੋਫੈਸਰ ਉਹ ਨਾ ਮੇਸ਼ਾ ਜਨਵਰੀ ਦੇ ਪਹਿਲੇ ਉੱਤੇ ਹੀ ਹੋਇਆ ਕਰੇਗਾ ਨਹੀਂ ਉਹ ਪੋਸੂ ਦੀ 7ਵੀਂ ਨੂੰ ਹੋਇਆ ਕਰੇਗਾ ਤੇ ਜਿਹੜਾ ਪੋਸੂ ਦੀ 7ਵੀਂ ਹੈ ਉਹਦੇ ਵਿੱਚ ਹੀ ਹੋਏਗਾ ਉਹ ਜਿਹੜੀ ਵੀ ਡੇਟ ਹੋਏਗੀ ਉਹ ਉਸ ਸੰਬਤ ਦੇ ਮੁਤਾਬਕ ਹੋਏਗੀ ਨਾ ਕਿ ਈਸਵੀ ਸੰ ਦੇ ਮੁਤਾਬਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਅੱਛਾ ਜੀ ਥੈਂਕ ਯੂ ਲੰਬਾ ਧੰਨਵਾਦ ਗੁਰੂ ਫਰਾਈ ਜੀ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਕੌਣ ਬੋਲ ਰਿਹਾ ਜੀ ਮੈਂ ਅਸਤਨਾਮ ਸਿੰਘ ਸਮਰਾਵ ਹੋ ਰਿਹਾ ਬਫਲੋ ਤੋਂ ਹਾਂਜੀ ਵੀਰ ਜੀ ਹਾਂਜੀ ਹੁਕਮ ਕਰੋ ਜੀ ਅਫਸਰ ਜੀ ਤੁਹਾਡੀ ਸਾਰੀ ਟੀਮ ਜਸ ਪੰਜਾਬੀ ਦੀ ਲੱਖ ਲੱਖ ਵਧਾਈ ਔਰ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਗੁਰੂ ਗੋਬਿੰਦ ਸਿੰਘ ਦੇ ਆਗਮਨ ਦੀ ਜੀ ਸਭ ਨੂੰ ਤੁਹਾਨੂੰ ਵੀ ਸਾਰੇ ਜਗਤ ਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਇਸ ਦੇ ਨਾਲ ਜੁੜੇ ਰਹਿਣ ਦਾ ਹਾਂਜੀ ਅਸੀਂ ਬੜੇ ਲੱਕੀਆ ਕਿ ਤੁਹਾਡੇ ਵਰਗੇ ਵਿਦਵਾਨਾਂ ਨੂੰ ਅਸੀਂ ਸੁਣ ਸਕਦੇ ਹਾਂ ਜੀ ਜੀ ਜਸਪੰਜੀਤ ਜੀ ਚੈਨਲ ਦੇ ਨਾਲ ਪਹਿਲਾਂ ਤਾਂ ਸਾਡਾ ਕਦੇ ਹੁੰਦਾ ਹੀ ਨਹੀਂ ਸੀ ਪ੍ਰੋਗਰਾਮ ਜੀ ਜੀ ਬਹੁਤ ਧੰਨਵਾਦ ਵੀਰ ਜੀ ਅਰਦਾਸ ਕਰੋ ਕਿ ਜਸ ਪੰਜਾਬੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਹ ਪ੍ਰੋਗਰਾਮ ਚੱਲਦੇ ਆਂ ਦੋਨੇ ਹਮੇਸ਼ਾ ਤੁਹਾਡਾ ਪ੍ਰੋਗਰਾਮ ਦੇਖਦੇ ਰਹੇ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਉਂਦੇ ਆ ਠੀਕ ਹੈ ਹੋਰਿਆੜ ਸਾਹਿਬ ਤੁਸੀਂ ਸਾਰੇ ਠੀਕ ਜਿਹੜਾ ਕੱਲ ਨੂੰ ਚੈਨਲ ਚੱਲ ਰਿਹਾ ਉੱਤੇ ਕੀ ਆਉਣਾ ਹੈਗਾ ਉਹ ਅਧਿਆਤਮਿਕ ਹੈ ਉਹ ਫਿਰ ਕੱਲ ਆਪ ਨੂੰ ਸਾਰਾ ਪਤਾ ਲੱਗ ਜਾਏਗਾ ਏ ਉਹ ਸਪਿਰਚੁਅਲਿਟੀ ਤੇ ਵਖ ਵਖ ਧਰਮਾਂ ਦਾ ਅਧਿਆਤਮਵਾਦ ਦਾ ਹੈ ਜੀ ਧੰਨਵਾਦ ਥੈਂਕ ਯੂ ਹੈਲੋ ਹੈਲੋ ਸਤਿ ਸ਼ਕਾਲ ਜੀ ਸਤਿ ਸ਼ਕਾਲ ਹਾਂ ਜੀ ਸਸ ਮੈਂ ਦਵਿੰਦਰ ਵਾਲਿਆ ਕਨੈਕਟ ਕੀਤਾ ਹਾਂ ਹਾਂ ਜੀ ਭੈਣ ਜੀ ਹਾਂ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ ਸਾਰਿਆਂ ਨੂੰ ਜੀ ਰਬੀ ਜੀ ਤੇ ਆਪਣੇ ਇਸ ਪੂਰੇ ਜਸ ਪੰਜਾਬੀ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ ਬਹੁਤ ਵਧਾਈ ਆਪ ਸਭ ਨੂੰ ਜੀ ਹਾਂ ਜੀ ਤੁਸੀਂ ਬਹੁਤ ਸੋਹਣੀਆਂ ਸਨ ਮਤਲਬ ਗੱਲਾਂ ਕੀਤੀਆਂ ਬੜਾ ਬੜਾ ਦਿਲ ਖੁਸ਼ ਹੋਇਆ ਜੀ ਤੁਸੀਂ ਫੋਟੋ ਬਾਬਾਈ ਦੀ ਬਹੁਤ ਸੋਹਣੀਆਂ ਦਿਖਾਈਆਂ ਹਾਂ ਜੀ ਜੇ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਣਾ ਸੀ ਹਾਂ ਜੀ ਕਿ ਆਪਣੇ ਬੀਬੀ ਹਰਸ਼ਰਨ ਕੌਰ ਜੀ ਕੌਣ ਸੀ ਕਿਹੜੇ ਹਰਸ਼ਰਨ ਕੌਰ ਜੀ ਤੋਂ ਮੈਂ ਮੇਰੇ ਕੋਲ ਇੱਕ ਕੈਲੰਡਰ ਸੀਗਾ ਉਹਦੇ ਵਿੱਚ ਮਤਲਬ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਜੀ ਕਿ ਬੀਬੀ ਹਰਸ਼ਰਨ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਲੜਕੀ ਸੀ ਨਹੀਂ 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 ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ ਸੀ ਤੇ ਬਾਕੀ ਫਿਰ ਅਗਰ ਆਪ ਈਮੇਲ ਕਰ ਦੇਣਾ ਆਪ ਨੂੰ ਦੇਖ ਕੇ ਫਿਰ ਜ਼ਰੂਰ ਉਸਦੇ ਬਾਰੇ ਵੀ ਤੇ ਮੈਨੈਸਟ ਨਹੀਂ ਮੈਂ ਕਿ ਮੈਂ ਫੋਟੋ ਵੀ ਹੈਗੀ ਜ਼ਰੂਰ ਆਪ ਸਾਨੂੰ ਈਮੇਲ ਕਰ ਦੇਣਾ info@justpunjabi.com ਜਾਂ lambda@justpunjabi.com ਤੇ ਤੇ ਅਸੀਂ ਤੁਹਾਨੂੰ ਪੂਰਾ ਵੇਰਵਾ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਬਾਕੀ ਫੋਟੋ ਓਕੇ ਜੀ ਥੈਂਕ ਯੂ ਸੱਸੀ ਹੈਲੋ ਰਬਾ ਸਰ ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਜੀ ਵੈਗੁਰ ਜੀ ਕੀ ਫਤਿਹ ਸੋਚ ਸਾਹਿਬ ਜੀ ਆਇਆ ਨੂੰ ਜੀ ਇਹ ਤਾਂ ਇੱਕ ਗਰੁੱਪ ਰੂਪੀਆ ਕੋਟਾਨ ਕੋਟ ਮੁਬਾਰਕਾ ਹਾਂ ਜੀ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਨਜ਼ਮ ਸ਼ੇਅਰ ਕਰਨੀ ਚਾਹਾਂਗਾ ਤੁਹਾਡੀ ਸਰੂਤਿਆਂ ਨਾਲ ਜੀ ਹਾਂ ਹਾਂ ਜੀ ਮੈਂ ਸਮਾਪਤੀ ਕਰ ਲਾਂਗਾ ਪਰ ਇਹ ਹੈਗੀ ਜੀ ਸੰਕੇਤਕ ਨਜ਼ਮ ਹੈ ਜੀ ਜੀ ਸ਼ੁਰੂਆਤ ਕਰਦਾ ਹਾਂ ਸੋਨਾ ਸੋਚਿਆ ਛੱਟ ਜੀ ਕਾਸ਼ ਪਟਨਾ ਜੀ ਬਦਰਦੇਸ਼ ਆਨੰਦਪੁਰ ਹਾਂ ਜੀ ਸਾਸੀ ਦੀ ਸਿਰਜਣਾ ਖਾਲਸਾ ਮੇਰਾ ਰੂਪ ਹੈ ਖਾਸ ਹਮ ਹਮ మే హో కరోనివాస్ ఓకే हां जी बहुत अच्छे जी काब शहीद रचदार चोंदा हम हम धर्म युद्ध ਕਰਦਾ ਅਰ ਸੰਤ ਸਿਪਾਹੀ ਹਮ ਪਰਿਵਾਰ ਵਿਛੋੜਾ ਹਮ ਹਮ ਗੜੀ ਚਮਕੌਰ ਮਾਛੀਵਾੜਾ ਹਮ ਹਮ ਹੋਂਦਾ ਫਿਰਦਾ ਕੁਛ ਦਾ ਪੀਰ ਮਿੱਤਰ ਪਿਆਰੇ ਨੂੰ ਖਾਨ ਮਰੀਦਾ ਦਾ ਕਹਿਣਾ हां जी बहुत अच्छे बहुत अच्छे ਅੱਬੀ ਬ੍ਰਜ ਭਾਸ਼ਾ ਸੰਸਕ੍ਰਿਤ ਹਮ ਤੂ ਫਾਰਸੀ ਅਰਬੀ عالم فاضل हुँ. آئے شہنشاہ گرو گو بند سنگھ آپ زفر نامہ بچتر ناٹک امپئی اکال استتوار چنڈی گر نانک دیو گو بند روپ ہمو جی. جی. گر گو بند سنگھ ہمو نانک است جی. جی. آدر جی. نیتا یودہ دیر انداز نیلا آز کلگی شستر تاری، جی شستر پریمی، آس کرپان، کھڑنڈو، کھڑگ، تبر اردیر، بیس تو ہی سیتھی، یہ ہے ہمارے, ہمارے پیر، جی 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 ہاتھ چمالا کہندہ ہے، جی جمعکار اگر ہمیں ہیلتے در گزشت، حلال اصد بردن بشمشیر دست، جتی دردتا، نسچا، جگتی تخت تختتا، تخت 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 ਐ ਹੂੰ ਪਰੰਪਰਥ ਕਾ ਦਾਸਾ ਦੇਖਣ ਆਇਓ ਜਗਤ ਤਮਾਸਾ ਜੀ ਜੀ ਨੀਲ ਨੀਲਾ ਕੇਸਰੀ ਹੂੰ ਹੂੰ ਪਰ 540 52 ਹੂੰ 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 ਫਿਰ ਬੰਦਾ ਹਾਂਜੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਜੀ 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 ਖਾਲਸਾ ਵੰਡ ਚਕਨਾ ਏਕ ਸੇਕ ਬਤੇ ਜੀ ਨਿਮਰਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਜੀ ਕਿ ਮੋਸੇ ਗਰੀਬ ਕਰੋੜ ਪਰੇ ਜੀ ਸਰਬੱਤ ਦਾ ਭਲਾ ਨੰਦੇੜ ਹਜ਼ੂਰ ਸਾਹਿਬ ਸਰਵਾਹੁਰ ਜੀ ਦੀ ਫਤਿਹ 1708 ਬਹੁਤ 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 ਧੰਨਵਾਦ ਤੁਹਾਡਾ ਤੁਸੀਂ ਤੇ ਪੂਰਾ ਜਿਹੜਾ ਗੁਰੂ ਸਾਹਿਬ ਦੀ ਜੀਵਨੀ ਨੂੰ ਸੰਕੇਤ ਚ ਪੂਰਨ ਸਿੰਘ ਦੀ ਯਾਦ ਕਰਾ ਦਿੱਤੀ ਬਹੁਤ ਬਹੁਤ ਧੰਨਵਾਦ ਸੋਚਦਾ ਥੈਂਕ ਯੂ ਮਗਦਾਂ ਜੀ ਤੁਹਾਡਾ ਸਮਾਂ ਪਾਠਕਾਂ ਦਾ ਬਹੁਤ ਇਹਦਾ ਮੈਂ ਲੈ ਲਿਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਹੈਲੋ ਹੈਲੋ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਫਤਿਹ ਕੌਣ ਬੋਲ ਰਹੀ ਜੀ ਮੈਂ ਤਲਵਰ ਸਿੰਘ ਟੱਟ ਬੋਲ ਰਿਹਾ ਜੀ ਬੈਸਟ ਫੁਜੀਨੀਆ ਤੋਂ ਹਾਂ ਜੀ ਵੀਰ ਜੀ WhatsApp ਜੀ ਤੁਸੀਂ ਲਾਈਨ ਤੇ ਹੋ ਦੱਸੋ ਹੁਕਮ ਕਰੋ ਸਭ ਤੋਂ ਪਹਿਲਾਂ ਜੀ ਗੁਰੂ ਕੋ ਸਵਾਦ ਗੁਰੂ ਕੋ ਸਵਾਦ ਇਹਦੇ ਇਸ ਜਰਨ ਦਿਨ ਦੀ ਬਹੁਤ ਬਹੁਤ ਦਾਈ ਹੋਵੇ ਜੀ ਸਾਰੇ ਜਗਤ ਨੂੰ ਤੁਹਾਨੂੰ ਵੀ ਤੁਸੀਂ ਜੋ ਆਪਣੇ ਦ੍ਰਿਸ਼ ਦਿਖਾ ਲਿਆ ਸੀ ਪਟਨਾ ਸਾਹਿਬ ਜਿਹੜਾ 300 ਸਾਲ ਦਾ ਹਾਂ ਜੀ ਹਾਂ ਜੀ ਤੁਹਾਨੂੰ ਸੁਭਾਗ ਸੀ ਕਿ ਮੈਂ ਉਸ ਮੌਕੇ ਤੇ ਉਹ ਬਹੁਤ ਬਹੁਤ ਵਾਕਈ ਉਹ ਉਹ ਅਜੇ ਵੀ ਦ੍ਰਿਸ਼ ਅੱਖਾਂ 'ਗਿਆ ਜੀ ਬਿਲਕੁਲ ਉਹ ਦ੍ਰਿਸ਼ ਮੇਰੇ ਅੱਖਾਂ 'ਕੇ ਆ ਗਿਆ ਤੇ ਮੈਂ ਦੇਖ ਰਿਹਾ ਕਿ ਜਿਹੜਾ ਇਹ ਫੰਕਸ਼ਨ ਹੋਇਆ ਸੀ ਪਟਨਾ ਸਾਹਿਬ ਆਪਣੇ ਜੰਕਸ਼ਨ ਤੇ ਹੋਇਆ ਸੀ ਜੀ 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 ਗੁਰਦਰਾ ਸਾਹਿਬ ਕੋਲ ਇੱਕ ਤਸਵੀਰ ਸੀ ਕਿ ਜਲੂਸ ਇਹਨਾਂ ਲੰਬਾ ਸੀ ਕਿ ਹਾਂ ਜੀ ਪਹਿਲਾਂ ਵੋਟਪਾਲ ਪਹੁੰਚ ਗਿਆ ਸੀ ਅਜੇ ਜਲੂਸ ਬਾਕੀ ਦਾ ਜਲੂਸ ਜਿਹੜਾ ਅਜੇ ਪੰਡਾਲ ਵਿੱਚ ਸੀਗਾ ਜੀ 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 ਤੇ ਸਭ ਤੋਂ ਵੱਡਾ ਦ੍ਰਿਸ਼ ਜਿਹੜਾ ਸੀਗਾ ਉਹ ਸੀ ਆਪਣੇ ਨਹਾਂ ਸਿੰਘਾਂ ਦਾ ਮੈਂ ਇੰਨੇ ਨਹਾਂ ਸਿੰਘ ਜਿਹਾ ਕਦੇ ਨਹੀਂ ਸੀ ਦੇਖੇ ਹਾਂ ਜੀ ਪਤਾ ਨਹੀਂ ਉਹ ਕਿਹੜੇ ਕਿਹੜੇ ਇਲਾਕੇ ਜੋ ਕਿਥੋਂ ਕਿਥੋਂ ਕਿੱਧਰ ਕਿੱਧਰ ਆਏ ਸੀ ਹਾਂਜੀ ਹਾਂਜੀ ਬਹੁਤ ਹੀ ਵੱਡਾ ਦ੍ਰਿਸ਼ ਸੀਗਾ ਉਹ ਦੇਖਣ ਵਾਲਾ ਜੀ ਵਾਕਈ ਇੱਕ ਬਹੁਤ ਹੀ ਸੋਹਣਾ ਔਰ ਸੁੰਗਰ ਔਰ ਸਭ ਤੋਂ ਵੱਡੀ ਚੀਜ਼ ਕਿ ਨਵਾਬ ਸਾਹਿਬ ਪੜ੍ਹਨ ਨਵਾਬ ਇਫਤਖਾਰ ਅਲੀ ਖਾਨ ਸਾਹਿਬ ਵੀ ਆਏ ਸੀ ਬੇਗਮ ਸਾਹਿਬਾ ਵੀ ਆਏ ਸੀ ਗੁਰੂ ਸਾਹਿਬ ਨੇ ਜੋ ਬਖਸ਼ਿਸ਼ ਉਹਨਾਂ ਨੂੰ ਦਿੱਤੀ ਸੀ ਜੀ ਉਹਨਾਂ ਨੇ ਉਹ ਸਾਰੀ ਸੰਗਤ ਨੂੰ ਦਿਖਾਈ ਥੱਥੇ ਜੀ ਔਰ ਉਸ ਵੇਲੇ ਦਾ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਸਾਰੇ ਸਹਿਯੋਗ ਤਰੀਕੇ ਨਾਲ ਚੜਾਣ ਲਈ ਉਸ ਵੇਲੇ ਗੁਰਦਰਾ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਸਰਦਾਰ ਗਿਆਨ ਸਿੰਘ ਪUREਵਾਲ ਸਰਦਾਰ ਅਰਜਨ ਸਿੰਘ ਜੀ ਜਿਹੜੇ ਇੰਜੀਨੀਅਰ ਜਿਨ੍ਹਾਂ ਨੇ ਪਟਨਾ ਸਾਹਿਬ ਦੀ ਕੰਸਟ੍ਰਕਸ਼ਨ ਕਰਾਈ ਸਦਾ ਲਖਮੀਰ ਸਿੰਘ ਜੀ ਬਹੁਤ ਉਤੇ ਸਾ ਸ਼ਮਸ਼ੇਰ ਸਿੰਘ ਜੀ ਜਿਹੜੇ ਹੁਣ ਨਿਊਯਾਰਕ ਵਿੱਚ ਹੈਗੇ ਐ ਸੋ ਬਹੁਤ ਪੂਰੇ ਪੰਥ ਨੇ ਸਮੁੱਚੇ ਤੌਰ ਦੇ ਉੱਤੇ ਜੋਖਤ ਕੀਤਾ ਸੋ ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਸਾਰੇ ਜਗਤ ਨੂੰ ਸਾਰੇ ਦਰਸ਼ਕਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਤੇ ਵਸਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਅਗਲਾ ਪ੍ਰੋਗਰਾਮ ਅਗਲੇ ਬੰਗਲਵਾਰ ਈਸਟਰਨ ਟਾਈਮ 8:30 ਵਜੇ ਫਿਰ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਸਾਨੂੰ ਕਾਲਸ ਆਪਣੇ ਜਿਹੜੇ ਸਨੇਹੇ ਹਨ ਸੁਝਾਅ info@justpunjabi.com ਜਾਂ lambda@justpunjabi.com ਤੇ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ